ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਯਾਰੀ ਰੱਖਾਂਗੇ ਪਰ ਸਰ, ਵੈਲਕਮ, ਵੈਰੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਤੁਹਾਡਾ? ਠੀਕ ਹੈ, ਬੜੀ ਕਿਰਪਾ ਜੀ ਬਾਬੇ ਜੀ। ਸੀ ਜਮਾਤ 320 ਮੀਟਰ ਮੈਂ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ। ਦੋਸਤੋ, ਤੁਸੀਂ ਇਸ ਵਕਤ ਸੁਣ ਰਹੇ ਹੋ ਅਤੇ ਸਾਡੇ ਨਾਲ ਸਰਦਾਰ ਜਸਵੀਰ ਸਿੰਘ ਜੀ ਪੱਟੀ ਫਰੋਮ ਪੰਜਾਬ ਜੁੜ ਚੁੱਕੇ ਨੇ। ਅਗਰ ਤੁਹਾਡਾ ਕੋਈ ਕੁਐਸਚਨ ਹੈ ਤਾਂ ਤੁਸੀਂ ਨੰਬਰ ਨੋਟ ਕਰੋ 905-813-1320। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਬਾਗੀਆਂ ਅਤੇ ਦਾਗੀਆਂ ਦੀਆਂ ਤਲਾਵਾਂ, ਹਾਂਜੀ ਇਹ ਸ਼ਾਇਦ ਸਾਡੀ ਜਨਰੇਸ਼ਨ ਨਵੀਂ ਆ ਉਹਨੂੰ ਸ਼ਾਇਦ ਤਲਾਵਾਂ ਦਾ ਹਾਂਜੀ ਘੱਟ ਮਤਲਬ ਪਤਾ ਹੋਵੇ, ਪਰ ਕੱਸੀਆਂ ਨੇ ਤਾੜਨਾ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਤੇ ਪੁੱਜੇ ਮਾਮਲਿਆਂ ਦੇ ਕਿਸੇ ਪ੍ਰਕਾਰ ਦੀ ਬਿਆਨਬਾਜ਼ੀ ਨਾ ਕੀਤੀ ਜਾਵੇ। ਸਰਨਾ ਭਰਾਵਾਂ ਨੇ ਵੀ ਜਸਵੀਰ ਸਿੰਘ ਰੋਡੇ ਹੋਣਾ ਨੂੰ ਨਿਸ਼ਾਨੇ ਤੇ ਲਿਆ ਹੈ ਤੇ ਮਲੋਇ ਕ੍ਰਿਸ਼ਨ ਧਰ ਦੀ ਕਿਤਾਬ ਦਾ ਜ਼ਿਕਰ ਵੀ ਕੀਤਾ ਉਹਨਾਂ ਨੇ, ਉਹਦੀ ਕਰਦਿਆਂ ਬਾਅਦ ਚ ਗੱਲ, ਪਰੰਤੂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਆਪਾਂ ਗੱਲ ਕਰੀਏ ਜਥੇਦਾਰ ਸਾਹਿਬ ਦੀ ਜੀ, ਉਹਨਾਂ ਦੇ ਆਪਣੇ ਤਰੀਕੇ ਨਾਲ ਜੋ ਕੀਤਾ ਠੀਕ ਕੀਤਾ ਜੀ, ਤੇ ਜਿੱਥੋਂ ਤੱਕ ਜਥੇਦਾਰ ਸਾਹਿਬ ਦੀ ਗੱਲ ਆ, ਆਪਣੀ ਫੋਟੋ ਨਹੀਂ ਆ ਰਹੀ ਜੀ, ਕੀ ਗੱਲ ਜੀ? ਹੈਲੋ, ਹਾਂਜੀ ਭੱਟੀ ਸਾਹਿਬ, ਫੋਟੋ ਨਹੀਂ ਆ ਰਹੀ, ਵੀਡੀਓ ਦੁਬਾਰਾ ਲਿੰਕ ਭੇਜਦੇ ਹਾਂ ਤੁਹਾਨੂੰ, ਤੁਸੀਂ ਆਪਣੀ ਗੱਲ ਜਾਰੀ ਰੱਖੋ ਜਦ ਤੱਕ, ਆਹ ਗੱਲ ਪੂਰੀ ਕਰ ਲੈਂਦੇ ਆਪਾਂ ਕਰਦੇ। ਹਾਂਜੀ ਭੱਟੀ ਸਾਹਿਬ, ਵੈਲਕਮ ਇੱਕ ਵਾਰੀ ਫਿਰ ਤੋਂ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਹੋ ਗਿਆ ਮਸਲਾ ਹੱਲ ਜਾਊਗਾ, ਬਿਲਕੁਲ ਹੱਲ ਗਿਆ ਜੀ। ਜਿਹੜਾ ਸਵਾਲ ਤੁਸੀਂ ਕੀਤਾ ਸੀ ਮੈਂ ਉਹਦੇ ਜਵਾਬ ਦੇਣ ਲੱਗਾ ਜੀ। ਜਥੇਦਾਰ ਸਾਹਿਬ ਨੇ ਤਲਾਵਾਂ ਕਿਉਂ ਖਿੱਚੀਆਂ, ਕਿਉਂ ਕੱਸੀਆਂ ਇਹਨਾਂ ਦੀਆਂ? ਆਪਾਂ ਪਹਿਲਾਂ ਵੀ ਇਹ ਜ਼ਿਕਰ ਕਰ ਚੁੱਕੇ ਹਾਂ ਵੀ ਜਥੇਦਾਰ ਸਾਹਿਬ ਨੂੰ ਉਸੇ ਦਿਨ ਚਾਹੀਦਾ ਸੀ ਕਿ ਉਸੇ ਫਸੀਲ ਤੋਂ ਕਹਿ ਦਿੰਦੇ ਕਿ ਅੱਜ ਤੋਂ ਬਾਅਦ ਕੋਈ ਬਿਆਨਬਾਜ਼ੀ ਨਹੀਂ ਕਰੇਗਾ। ਤੇ ਜੇਕਰ ਉਧਰ ਜਥੇਦਾਰ ਸਾਹਿਬ ਦੀ ਕੀ ਮਜਬੂਰੀ ਸੀ ਸਾਨੂੰ ਨਹੀਂ ਪਤਾ, ਕੋਈ ਜਿੰਨੀ ਸਕ੍ਰਿਪਟ ਆਈ ਸੀ ਉਹਨੇ ਪੜ੍ਹ ਕੇ ਸੁਣਾਉਣੀ ਸੀ। ਅੱਜ ਜਦੋਂ ਉਹਨਾਂ ਵੇਖਿਆ ਵੀ ਇੱਕ ਦੂਜੇ ਤੇ ਦੂਸ਼ਣਬਾਜ਼ੀ ਤੇ ਇਲਜ਼ਾਮਬਾਜ਼ੀ ਬਹੁਤ ਵੱਧ ਗਿਆ, ਤੇ ਫਿਰ ਉਹਨਾਂ ਨੇ ਇਹ ਗੱਲ ਕਹਿਤੀ ਵੀ ਜਿੰਨਾ ਚਿਰ ਅਕਾਲ ਤਖ਼ਤ ਤੇ ਮਾਮਲਾ ਇਹ ਵਿਚਾਰ ਅਧੀਨ ਆ ਉਹਨਾਂ ਚਿਰ ਬਕਾਇਦਾ ਤੌਰ ਤੇ ਕੋਈ ਵੀ ਧਿਰ ਕਿਸੇ ਪ੍ਰਕਾਰ ਦੀ ਕੋਈ ਕਿਸੇ ਦੀ ਕੋਈ ਆਲੋਚਨਾ ਨਹੀਂ ਕਰੇਗੀ ਤੇ ਕੋਈ ਧਿਰ ਕਿਸੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ, ਕੋਈ ਗੱਲ ਨਹੀਂ ਕਰੇਗੀ, ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਲੇਕਿਨ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੇ ਬਾਗੀ ਤੇ ਦਾਗੀ ਦੋਵੇਂ ਧਿਰਾਂ ਨੇ, ਹੁਣ ਬਾਗੀ ਜਿਹੜੇ ਅਕਾਲ ਤਖ਼ਤ ਤੋਂ ਬਾਗੀ ਹੋਣ ਦੀ ਕੋਸ਼ਿਸ਼ ਕਰ ਰਹੇ, ਪਹਿਲਾਂ ਤੁਸੀਂ 1 ਜੁਲਾਈ ਨੂੰ ਆਪ ਸ਼ਿਕਾਇਤ ਦਿੱਤੀ ਸੀ ਵੀ ਆਹ ਚਾਰ ਇਹਨਾਂ ਬੰਜਰ ਗਲਤੀਆਂ ਕੀਤੀਆਂ ਨੇ, ਇਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇ, ਤੇ ਜਥੇਦਾਰ ਸਾਹਿਬ ਨੇ ਅੱਜ 17 ਬੰਦਿਆਂ ਦੇ ਖਿਲਾਫ਼ ਚਿੱਠੀਆਂ ਜਾਰੀ ਕਰਤੀਆਂ, ਭਾਈ ਆਪਣਾ ਆਪਣਾ ਸਪਸ਼ਟੀਕਰਨ 15 ਦਿਨਾਂ ਚ ਪੁੱਛਦਾ ਕਰੋ ਕੱਲ ਤੱਕ ਵੀ ਜਿਹੜੀ ਜਿਹੜੀ ਤੁਹਾਡੇ ਕੋਲੇ ਦੱਸਿਆ ਵੀ ਇਹ ਗਲਤੀਆਂ ਜਿਹੜੀਆਂ ਹੋਈਆਂ ਤੁਸੀਂ ਕਿੱਥੇ ਸ਼ੁੱਧ, ਕਿਉਂ ਨੀ ਬੋਲੇ ਤੁਸੀਂ? ਪਰ ਜਥੇਦਾਰ ਸਾਹਿਬ ਨੂੰ ਅਸੀਂ ਇਹ ਵੀ ਗੱਲ ਕਹਿੰਦੇ ਹਾਂ ਵੀ ਜਥੇਦਾਰ ਸਾਹਿਬ ਇਹ ਤਾਂ ਤੁਸੀਂ ਤਲਬ ਕਰ ਲਏ, ਜਿਹਨਾਂ ਨੇ 92 ਲੱਖ ਦੇ ਇਸ਼ਤਿਹਾਰ ਦਿੱਤੇ ਉਹ ਕੱਲਾ ਇੱਥੋਂ ਬਕਾਇਦਾ ਤੌਰ ਤੇ ਮੱਕੜੀ ਗਿਆ ਨਾ, ਬਾਕੀ ਸਾਰੇ ਇੱਥੇ ਨੇ, ਉਹਦੇ ਵਿੱਚ ਜਿਹੜੀ ਓਬਜੈਕਟਿਵ ਸੀ ਜਿਹਨੇ ਮਨਜ਼ੂਰੀ ਦਿੱਤੀ ਸੀ ਉਹਨੂੰ ਤਲਬ ਕਿਉਂ ਨੀ ਕੀਤਾ ਜਾ ਰਿਹਾ?
ਜੋ ਵੀ ਬਰਾਬਰ ਦੇ ਦੋਸ਼ੀ ਨੇ ਇਹਦੇ ਵਿੱਚ ਉਸ ਰਿਜੈਕਟ ਨੂੰ ਤਲਬ ਕਰੋ ਜਿਹਨੇ ਬਕਾਇਦਾ ਤੌਰ ਤੇ ਇਹ ਗੱਲ ਕਹੀ ਸੀ ਵੀ ਨਹੀਂ ਫੈਸਲਾ ਬਹੁਤ ਵਧੀਆ ਜੀ, ਮਾਫ਼ੀ ਦਿੱਤੀ ਬਹੁਤ ਵਧੀਆ ਕੀਤਾ। ਉਸ ਮਨਜਿੰਦਰ ਸਿੰਘ ਫਲਸੇ ਤੇ ਮਨਜੀਤ ਸਿੰਘ ਜੀਕੇ ਨੂੰ ਤਲਬ ਕਰੋ ਜਿਹੜੇ ਬਕਾਇਦਾ ਤੌਰ ਤੇ ਗੁਰੂ ਦੀ ਗੋਲਕ ਚੋਂ ਜਿਹੜੇ ਸੀ ਮਹਿੰਗੇ ਭਾਦੀਆਂ ਟਿਕਟਾਂ ਮਾਈ ਜੀ ਲੈ ਕੇ ਆਏ ਸੀ ਤੇ ਆ ਕੇ ਹੱਥ ਜੋੜ ਕੇ ਕਹਿੰਦੇ ਜਹਦਰ ਸਾਹਿਬ ਤੁਸੀਂ ਬੜਾ ਵੱਡਾ ਪਰਉਪਕਾਰ ਕਰਤਾ ਹੈ, ਸੌਦਾ ਸਾਹਿਬ ਨੂੰ ਮਾਫ਼ੀ ਜੀ। ਉਹ ਬਾਹਰ ਕਿਉਂ ਰਹੇ, ਉਹ ਦੋਸ਼ੀ ਨੀ। ਇਸ ਕਰਕੇ ਜਥੇਦਾਰ ਸਾਹਿਬ ਨੇ ਉਹਨੇ ਤਲਾਵਾਂ ਤੇ ਖਿੱਚੀਆਂ ਵੀ ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ, ਪਰ ਇਹ ਵੀ ਉਹਨਾਂ ਨੂੰ ਸੋਚਣਾ ਪਊਗਾ ਸ਼੍ਰੋਮਣੀ ਕਮੇਟੀ ਦੀ ਐਡਜੈਕਟਿਵ ਇਹ ਨੀ ਗੱਲ ਵੀ ਤੁਹਾਨੂੰ ਪ੍ਰਧਾਨ ਨੇ ਤੇ ਸਕੱਤਰ ਨੇ ਲਿਖ ਕੇ ਭੇਜ ਦਿੱਤਾ, ਇੰਨੀ ਗੱਲ ਲਿਖ ਕੇ ਭੇਜ ਦਿੱਤਾ ਵੀ ਮੱਕੜ ਸਾਹਿਬ ਚਲੇ ਗਏ ਜੀ, ਮੱਕੜ ਸਾਹਿਬ ਨੇ ਇਸ਼ਤਿਹਾਰ ਦਿੱਤੇ ਸੀ, ਉਹ ਪ੍ਰਵਾਨਗੀ ਤਾਂ ਤਾਂਹੀ ਐਡਜੈਕਟਰ ਨੇ ਦਿੱਤੀ ਸੀ ਨਾ। ਉਸ ਤੋਂ ਬਾਅਦ ਤੁਸੀਂ ਬਕਾਇਦਾ ਤੌਰ ਤੇ ਮੈਂਬਰ ਸੱਦੇ ਆਪਣੇ ਬਾਦਲ ਦਲ ਦੇ ਸੱਤਰ ਮੈਡਮ ਬੁਲਾਓ, ਸਾਰਿਆਂ ਨੂੰ ਪੁੱਛੋ ਲਓ ਜਵਾਬਦੇਹੀ ਕਰੋ ਕਿ ਕਿਹਦੀ ਉੱਥੇ ਵੀ ਕਿਉਂ ਤੁਸੀਂ ਵੀ ਕਿਉਂ ਨੀ ਕਿਹਾ ਵੀ ਗਲਤ ਹੋ ਰਿਹਾ। ਉਦੋਂ ਤੇ ਭੇਡਾਂ ਬਣ ਕੇ ਸਾਈਨ ਕਰਦੇ ਰਹੇ ਤੁਸੀਂ, ਭੇਡ ਚੱਲ ਹੁੰਦੀ ਜਿਹੜੀ ਤੁਰ ਪੇ ਤੇ ਤੁਰੇ ਜਾਣੀ ਉਸ ਬੰਦੇ ਪਾਸੇ। ਇਸ ਕਰਕੇ ਜਥੇਦਾਰ ਸਾਹਿਬ ਨੂੰ ਚਾਹੀਦਾ ਆਪਣੀ ਜ਼ਿੰਮੇਵਾਰੀ ਨਿਭਾਉਣੀ ਤੇ ਪੂਰੀ ਠੋਕ ਵਜਾ ਕੇ ਨਿਭਾਉਣ। ਹੁਣ ਤੱਕ ਉਹਨਾਂ ਦੀ ਜਿਹੜੀ ਕਾਰਵਾਈ ਕੀਤੀ ਉਹ ਤੁਸੀਂ ਕੋਈ ਟਿੱਪਣੀ ਨੀ ਕਰਦੇ, ਹੁਣ ਤੱਕ ਕਾਰਵਾਈ ਦਰੁਸਤ ਆ। ਇੱਥੋਂ ਤੱਕ ਚਾਵਲਾ ਸਾਹਿਬ ਜਦੋਂ ਕਤਰੀ ਤੀਕ ਨੂੰ ਸੁਖਬੀਰ ਸਿੰਘ ਬਾਦਲਾ ਜਹਿਦਾ ਸਿੰਘ ਮਿਲੇ ਉਹਨੂੰ, ਭਾਵੇਂ ਉਹ ਆਪਣੇ ਘਰ ਬੈਠੇ ਨਹੀਂ ਮਿਲੇ, ਸੁਖਬੀਰ ਸਿੰਘ ਬਾਦਲ ਧਾੜੀ ਬਣ ਕੇ ਆਇਆ ਬਕਾਇਦਾ ਤੌਰ ਤੇ, ਨਾਲ 250 ਬੰਦੇ ਲੈ ਕੇ ਆਇਆ ਉੱਥੇ ਆਪਣੀ ਚਿੱਠੀ ਦੇਣ ਵਾਸਤੇ। ਵਟ ਨਾਉਸੈਂਸ, 1 ਜੁਲਾਈ ਨੂੰ ਬਾਗੀ ਜਿਹੜੇ ਉਹ ਬਕਾਇਦਾ ਤੌਰ ਤੇ ਚਿੱਠੀ ਦਿੰਦੇ, 17 ਤਰੀਕ ਨੂੰ ਚਿੱਠੀ ਅਕਾਲ ਤਖ਼ਤ ਤੋਂ ਜਾਰੀ ਹੁੰਦੀ ਵੀ ਸਪਸ਼ਟੀਕਰਨ ਦਿਓ, 24 ਤੋਂ ਜਦੋਂ ਸਪਸ਼ਟੀਕਰਨ ਦੇਣ ਉਹਦੇ ਸਿਰਫ 3 ਬੰਦੇ ਹੁੰਦੇ ਆ, ਕਿੰਨਾ ਚੰਗਾ ਹੁੰਦਾ ਜੇ ਚਿੱਠੀ ਦੇਣਾ ਹੈ ਤੁਸੀਂ 3 ਬੰਦੇ ਹੋ ਗਏ ਤੁਸੀਂ। ਇਸ ਕਰਕੇ ਜਹਿਦਾ ਸਾਹਿਬ ਨੂੰ ਇਹ ਸਾਰੀਆਂ ਅੱਖਾਂ ਫੁੱਲ ਖਿੜ ਪੈਗੀਆਂ, ਧਿਆਨ ਰੱਖਣਾ ਚਾਹੀਦਾ ਕੌਣ ਕੀ ਕਰਦਾ ਵਾ। ਤੇ ਸਾਡੀ ਫਿਰ ਬੇਨਤੀ ਹੈ, ਸੁਖਬੀਰ ਸਿੰਘ ਬਾਦਲ ਆ ਗਿਆ, 17 ਉਸ ਟਾਈਮ ਤੇ ਮੰਤਰੀ ਜਿਹੜੇ ਨਾਲ ਹੈਗੇ ਸੀਗੇ ਉਹ ਆ ਗਏ, ਤੇ ਫਿਰ ਸ਼੍ਰੋਮਣੀ ਕਮੇਟੀ ਬਰੀ ਕਿਉਂ, ਜਿਨ੍ਹਾਂ ਨੇ ਉਸ ਹੁਕਮਨਾਮੇ ਦਾ ਸਵਾਗਤ ਵੀ ਕੀਤਾ, ਮਤਾ ਵੀ ਮਤਾ ਮਜ਼ਬੂਤ ਹੈ। ਜੇ ਵੇਖੋ ਇਤਿਹਾਸਕ ਇਹ ਬਾਗੀਆਂ ਦੇ ਵਿੱਚ ਹੀ ਆ ਕੇ ਇਤਿਹਾਸਕ ਪਿਤਾ ਜੀ ਦੀ ਮਾਫ਼ੀ, ਇਤਿਹਾਸਕ ਫੈਸਲਾ, ਬਿਲਕੁਲ। ਮਤਲਬ ਜਦੋਂ ਤਲਵੇ ਚਟਣੇ ਆ ਤੇ ਫਿਰ ਚਟਣੇ ਰੱਜ ਕੇ ਚਟੋਗੇ, ਫਿਰ ਕਹਿੰਦੇ ਫਾਇਦਾ ਤਾਂ ਹੀ ਆ ਨਾ ਜੀ, ਹੁਣ ਕਸਰ ਨਾ ਕੋਈ ਰਹਿ ਜਾਵੇ ਕਿਸੇ ਪਾਸਿਓ, ਹਨਾ। ਗੱਲ ਇਹ ਆ ਕਿ ਤੁਸੀਂ ਪਾਟੀ ਸਾਹਿਬ ਜਿਹੜੇ ਨਾਂ ਜ਼ਿਕਰ ਕੀਤੇ ਨੇ 17 ਤੇ ਜਹੇਦਾਰ ਸਾਹਿਬ ਨੂੰ, ਇਹ ਖਿਆਲ ਕਰਨਾ ਚਾਹੀਦਾ ਕੋਈ ਵੀ ਫੈਸਲਾ ਕਿ 17-18 ਜਿਹੜੇ ਨੇ ਪੰਥ ਕਲਾ ਇੰਨਿਆਂ ਦਾ ਨਹੀਂ ਆ, ਪੰਥ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਹੋਏ ਜਿਹੜੇ ਸਿੱਖ ਨੇ, ਸਿੱਖੀ ਨੂੰ ਸਮਰਪਿਤ ਨੇ ਜਿਹੜੇ, ਚਲੋ ਸਾਨੂੰ ਤਾਂ ਛੱਡੋ, ਉਹਨਾਂ ਦਾ ਵੀ ਹੈ, ਉਹਨਾਂ ਦਾ ਵੀ ਆ, ਉਹਨਾਂ ਨੇ ਤੁਹਾਨੂੰ ਸਵਾਲ ਚੁੱਕਣੇ ਚੁੱਕਣੇ। ਮਸਲਾ ਤਾਂ ਹੈ ਕਿ ਫੈਸਲੇ ਉਦੋਂ ਹੋਣਗੇ ਜਦੋਂ ਆਜ਼ਾਦਾਨਾ ਤੌਰ 'ਤੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹ ਨਿਯੁਕਤ ਕੀਤਾ ਜਾਵੇਗਾ, ਜਿਨ੍ਹਾਂ ਦੀਆਂ ਵਿੱਚੋਂ ਪਰਚੀਆਂ ਨਿਕਲੇ ਨੇ। ਅੱਜ ਭਾਵੇਂ ਤੁਸੀਂ ਧਾੜਵੀ ਲਫ਼ਜ਼ ਵਰਤਿਆ ਕਿ ਸਰਦਾਰ ਜਸਬੀਰ ਸੁਖਬੀਰ ਸਿੰਘ ਬਾਦਲ ਆਏ ਨੇ ਆਪਣੇ ਸਾਥੀਆਂ ਦੇ ਨਾਲ ਅਤੇ ਜਥੇਦਾਰ ਸਾਹਿਬ ਨਹੀਂ ਮਿਲੇ, ਇਹਦੇ ਵਿੱਚ ਵੀ ਕਿਤੇ ਨਾ ਕਿਤੇ ਵੇਖ ਲਓ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਖੁਲਾਸਾ ਜ਼ਰੂਰ ਹੋਵੇਗਾ। ਜਿਵੇਂ ਅੱਜ ਪਰਮਜੀਤ ਸਿੰਘ ਸਰਨਾ ਹੁਣਾਂ ਨੇ
ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਦੇ ਭਤੀਜੇ ਤੇ ਇਸੇ ਕਾਰਨ ਹੀ ਪੰਥ ਵਿੱਚ ਉਹਨਾਂ ਨੂੰ ਸਨਮਾਨ ਮਿਲਦਾ ਰਿਹਾ। ਬੰਗਲਾ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਕਥਾ ਕਰਦਿਆਂ ਸਰਨਾ ਬ੍ਰਦਰ ਨੇ ਉਂਗਲੀ ਉਠਾਈ ਹੈ ਕਿ ਜਿਵੇਂ ਭਾਈ ਜਸਬੀਰ ਸਿੰਘ ਰੋਡੇ ਹੋਣਾ ਨੇ ਪੰਥਕ ਜਥੇਬੰਦੀਆਂ ਅਤੇ ਅਕਾਲ ਤਖ਼ਤ ਸਾਹਿਬ ਤੇ ਖੁਦ ਉਹ ਸਾਬਕਾ ਜਥੇਦਾਰ ਰਹਿ ਰਹੇ ਹੋਣ, ਉਹਨਾਂ ਨੇ ਸਵਾਲ ਚੁੱਕੇ ਨੇ ਭੂਮਿਕਾ ਤੇ। ਉਹਨਾਂ ਦੇ ਨਾਲ ਉਹ ਕਿਤਾਬ ਦਾ ਜ਼ਿਕਰ ਵੀ ਕਰ ਦਿੱਤਾ ਜਿਹਦਾ ਬੜਾ ਰੌਲਾ ਪਿਆ ਸੀ ਜਦੋਂ ਮੈਂ ਆ ਕੇ ਕਿਤਾਬ ਪੰਜਾਬੀ ਦੇ ਵਿੱਚ ਹੈ ਮਲੋਇ ਕ੍ਰਿਸ਼ਨ ਧਰ ਦੀ, ਬੜੇ ਭੇਦ ਖੋਲ੍ਹੇ ਨੇ। ਅਤੇ ਭਾਈ ਰੋਡੇ ਵੱਲ ਤਾਂ ਉਹਨਾਂ ਨੇ ਸ਼ਰੇਆਮ ਹੀ ਸਵਾਲ ਕੀਤੇ ਸੀ ਅਤੇ ਇਹ ਪੁੱਛਿਆ ਹੈ ਕਿ ਸੂਈਆ ਏਜੰਸੀਆਂ ਦੇ ਅਫਸਰ ਐਮ ਕੇ ਧਰ ਆਪਣੀ ਬਹੁਤ ਚਰਿੱਤਰ ਕਿਤਾਬ ਖੁੱਲ੍ਹੇ ਭੇਦ ਦੇ ਅੰਦਰ ਬਹੁਤ ਹੈਰਾਨੀਜਨਕ ਖੁਲਾਸੇ ਇਹਨਾਂ ਬਾਰੇ ਕਰਦੇ ਨੇ। ਸਰਨਾ ਬ੍ਰਦਰ ਕਹਿੰਦੇ ਨੇ ਕਿ ਉਹਨਾਂ ਬਾਰੇ ਕਦੋਂ ਪੰਥਕ ਸਟੇਜ 'ਤੇ ਦੱਸੋਗੇ, ਰੋਡੇ ਸਾਹਿਬ ਸਪਸ਼ਟ ਕਰੋਗੇ, ਕੀ ਕਹਿਣਾ ਚਾਹੋਗੇ? ਤਾਂ ਬਿਲਕੁਲ ਜੀ, ਬਿਲਕੁਲ ਜੀ, ਰੋਡੇ ਸਾਹਿਬ ਦੀ ਇੱਕ ਫਿਤਰਤ ਰਹੀ ਹੈ, ਜਦੋਂ ਵੀ ਕੋਈ ਉਹਨਾਂ ਦੇ ਖਿਲਾਫ਼ ਕੋਈ ਗੱਲ ਕਰਦਾ ਮੁੜ ਕੋਈ ਜਵਾਬ ਦਿੰਦੇ ਹੀ ਨਹੀਂ। ਇਹਨਾਂ ਦੀ ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਹੈਗੀ ਹੈ, ਇਹਨਾਂ ਦੇ ਤਾਇਆ ਜੀ ਹੋਣਗੇ, ਮੈਂ ਨਾਂ ਕਾਹਨੂੰ ਲਵਾਂ, 71 ਸਿੰਘ ਜਿਹੜੇ ਬਕਾਇਦਾ ਤੌਰ ਤੇ ਜੇਲ੍ਹ ਸੁੱਟਣ ਸੀਗੇ, ਉਹਨਾਂ ਨੂੰ ਕਿਹਾ ਭਾਈ ਸੰਤ ਜਰਨੈਲ ਸਿੰਘ ਭਿੰਡਾਂ ਵਾਲੇ ਸ਼ਹੀਦ ਹੋ ਗਏ ਨੇ, ਕਾਗਜ਼ ਲਿਖਿਆ ਸੱਚ, ਤੁਸੀਂ ਕਹਿੰਦੇ ਹੋ ਭਾਈ ਉਹ ਜਿੰਦਾ ਨੇ, ਉਹ ਲੋਕਾਂ ਨੂੰ ਗੁਬਾਰਾ ਕਰ ਰਹੇ ਹੋ। ਕਹਿੰਦਾ ਸੁਭਜਨ ਸਾਹਿਬ, ਜੇ ਅਸੀਂ ਕਹਿ ਦਿੱਤਾ ਨਾ ਸੰਗ ਸ਼ਹੀਦ ਹੋ ਗਏ, ਫਿਰ ਸਾਨੂੰ ਮਾਇਆ ਕਿਹਨੇ ਦੇਣੀ? ਇਹ ਉਹਨਾਂ ਦੇ ਸੁਭਜਨ ਸਾਹਿਬ ਦੇ ਸ਼ਬਦ ਨੇ, ਉਹ ਕਹਿੰਦੇ ਵੀ ਆਹ ਮੈਨੂੰ ਜਵਾਬ ਮਿਲਿਆ ਸੀਗਾ। ਉਹਨਾਂ ਦੇ ਕੋਲ ਜਿਹੜੇ ਦਾ ਭਤੀਆ ਬੈਠਾ ਸੀ, ਉਸ ਟਾਈਮ ਦੇ ਮੌਜੂਦ ਸੀ, ਉਹ ਆਪਣਾ ਪ੍ਰੋਗਰਾਮ ਸ਼ਾਇਦ ਸੁਣਦਾ ਹੋ ਗਿਆ। ਜੇ ਇੱਥੋਂ ਤੱਕ ਗੱਲ ਚਲੀ ਗਈ, ਬਾਕੀ ਕੀ ਰਹਿ ਗਿਆ? ਦੇਖ ਲਓ ਵੀ ਪੰਥ ਦੇ ਨਾਂ ਤੇ ਧਰਮ ਦੇ ਨਾਂ ਤੇ ਕਿਵੇਂ ਕਿਵੇਂ ਲੁੱਟਾਂ ਹੁੰਦੀਆਂ ਨੇ, ਕਿਵੇਂ ਲੁੱਟਾਂ ਹੁੰਦੀਆਂ ਨੇ। ਮੈਂ ਕਈ ਵਾਰੀ ਕਿਹਾ, ਮੇਰੀਆਂ ਥੱਕਾਂ ਬੜੀਆਂ ਖੁੱਲੀਆਂ ਨੇ ਮਲੋਇ ਕ੍ਰਿਸ਼ਨ ਧਰ ਦੀ ਕਿਤਾਬ ਖੁੱਲ੍ਹੇ ਭੇਦ ਪੜ੍ਹਨ, ਬੜੀ ਵਿਕਦੀ ਹੈ ਜਦੋਂ ਮੈਂ ਕਹਿੰਦਾ ਉਹ ਜਾ ਕੇ, ਕਈ ਵਾਰੀ ਉਹਨਾਂ ਨੂੰ ਮੰਗਾਉਣੀਆਂ ਪਈਆਂ ਨੇ। ਮੇਰੇ ਇੱਕ ਮਿੱਤਰ ਨੇ ਮੰਗੀ ਸੀ, ਥੋੜ੍ਹੇ ਦਿਨ ਮੈਂ ਲਿਆ ਕੇ ਰੱਖੀ ਹੋਈ ਦੇ ਕੇ ਆਉਣੀ ਉਹਨਾਂ ਨੂੰ। ਸੋ ਕਹਿਣ ਤੋਂ ਮੇਰਾ ਭਾਵ ਹੈ ਕਿ ਅਸੀਂ ਧਰਮ ਦੇ ਨਾਂ 'ਤੇ ਉਹ ਕਿਵੇਂ ਲੁੱਟੇ ਜਾਂਦੇ ਹਾਂ, ਕਿਵੇਂ ਸਾਨੂੰ ਲੁੱਟਿਆ ਜਾਂਦਾ ਹੈ। ਜੇ ਇਹ ਕਹਿ ਦਿੰਦੇ ਜੀ ਸੰਤ ਜਰਨੈਲ ਸਿੰਘ ਜੀ ਸ਼ਹੀਦ ਹੋ ਗਏ ਨੇ, ਉਹ ਤਾਂ ਕਹਿੰਦੇ ਛਾਲੇ ਪੈਣਗੇ ਮੂੰਹ ਦੇ ਵਿੱਚ, ਹੈ ਨਾ? ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ, ਛਾਲੇ ਨਹੀਂ ਕੀੜੇ ਪੈਣਗੇ, ਕੀੜੇ ਵੀ ਕਿਹਾ ਸੀ, ਹਾਂਜੀ, ਚਲੋ ਕੀੜੇ, ਕੀੜੇ ਲਫ਼ਜ਼ ਵਰਤਿਆ ਸੀਗਾ, ਹਾਂਜੀ। ਕਿੰਨਾ ਭੈੜਾ, ਬਿਲਕੁਲ ਇੱਕ ਸ਼ਬਦ ਨੂੰ ਕਿਸ ਤਰੀਕੇ ਦੇ ਨਾਲ ਸਾਨੂੰ ਡਰਾ ਕੇ ਵਰਤਿਆ ਗਿਆ ਸੀ ਅਤੇ ਅਸੀਂ ਡਰ ਗਏ ਸੀ। ਖੈਰ ਨਹੀਂ ਵੇ, ਕੰਧ 'ਤੇ ਲਿਖਿਆ ਸੱਚ ਹੈ ਕਿ ਸੰਤ ਜਰਨੈਲ ਸਿੰਘ ਜੀ ਹੁਣ ਹੁਣ ਕਿਹੜੇ ਮੂੰਹ ਨਾਲ ਸ਼ਹੀਦੀ ਗੁਰਪੁਰਬ ਮਨਾਉਂਦੇ ਨੇ ਜੀ? ਨਹੀਂ ਵੇਖੋ, ਇਹਨਾਂ ਦੇ ਵਿੱਚ ਅਜੇ ਵੀ ਭਾਈ ਮਰੀਕ ਸਿੰਘ ਨਾਲਾ ਮੰਨਣ ਲਈ ਤਿਆਰ ਨਹੀਂ, ਕਹਿੰਦਾ ਬਾਬਾ ਠਾਕੁਰ ਸਿੰਘ ਕਹਿੰਦਾ ਜਿੰਦਾ ਜਿੰਦਾ ਮੰਨਦੇ ਆ ਜੀ, ਉਹ ਅਜੇ ਵੀ ਨਹੀਂ ਮੰਨਣ ਲਈ ਤਿਆਰ ਹੈਗੇ। ਅਕਾਲ ਤਖ਼ਤ ਥੈਲੇ ਚੋ ਬਿੱਲੀਆਂ ਐਵੇਂ ਬਾਹਰ ਨੀ ਖੁੱਲ ਖੁੱਲ ਕੇ ਹੌਲੀ ਹੌਲੀ ਆਉਂਦੀਆਂ ਹੁੰਦੀਆਂ, ਇਕੱਠੀਆਂ ਥੋੜੀ ਆਉਣੀਆਂ। 9058131320। ਅੱਛਾ, ਆਮ ਆਦਮੀ ਪਾਰਟੀ ਦੇ ਮੁਖੀ ਨੇ ਸਰਦਾਰ ਭਗਵੰਤ ਸਿੰਘ ਮਾਨ, ਉਹਨਾਂ ਨੇ NOC ਬਾਰੇ ਜਿਹੜਾ ਮਸਲਾ ਲਿਆ, ਕਾਫੀ ਸ਼ਲਾਘਾਯੋਗ ਹੈ, ਔਰ ਇੱਥੇ ਹੁਣ ਰਾਜਨੀਤੀ ਵੀ ਹੋ ਰਹੀ ਹੈ ਜੀ, ਚੋਣਾਂ ਦੇ ਲਾਗੇ ਫੈਸਲਾ ਲਿਆ ਗਿਆ,
ਉਹਦੇ ਨਾਲ ਹੀ ਮੈਂ ਲਿੰਕ ਕਰਦਾ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਆਲੀ ਬਾਰੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਇਸ਼ਾਰੇ ਕਰ ਦਿੱਤੇ ਨੇ, ਕੀ ਲੱਗਦਾ ਤੁਹਾਨੂੰ? ਵੇਖੋ ਜਿਹੜੀ ਗੱਲ ਤੇ ਇਹਨਾਂ ਨੇ ਉਹ ਪਾਸ ਕੀਤਾ ਜੀ ਬਕਾਇਦਾ ਤੌਰ ਤੇ ਬਿੱਲ ਪਾਪਰਾ ਉੱਚ ਸੁਧ ਕੀਤੀ ਹੈ, ਉਹਦੇ ਮੁਤਾਬਕ ਤੁਸੀਂ ਵੇਖ ਲਓ, ਤੁਸੀਂ ਕਲੋਨੀਆਂ ਤੇ ਜਿਹੜੀਆਂ ਉਹ ਕਰ ਦਿੱਤੀਆਂ ਵਾ ਲੀਗਲੀ, ਵੀ ਠੀਕ ਹੈ ਜੀ ਤੁਹਾਨੂੰ ਇਹਨੂੰ ਤੁਸੀਂ ਲੋੜ ਨੀ, ਤੁਸੀਂ ਮੀਟਰ ਹੀ ਲਾ ਲਓ, ਆਪਣਾ ਪਾਣੀ ਬੁਝਾ ਲਓ, ਜੇ ਵੀ ਕਰ ਲਓ। ਜਿਹੜੇ ਕੋਲੋਨਾਈਜ਼ਰ ਸੀ ਉਹਨਾਂ ਖਿਲਾਫ਼ ਕਾਰਵਾਈ ਕੀਤੀ, ਉਹਨਾਂ ਕੋਲ ਇਹ ਹੁਣ ਪੈਸੇ ਲੈ ਸਕਦੇ ਸੀ, ਜਾਣ ਬੁੱਝ ਕੇ ਨੀ ਲੈ ਗਏ, ਤੇ ਇਹਨਾਂ ਦਾ ਵਿਧਾਇਕ ਉੱਥੇ ਖਲੋ ਕੇ ਨੀ ਗੱਲ ਕਹਿੰਦਾ, ਕੁਲਵੰਤ ਸਿੰਘ ਕੋਲੋਨਾਈਜ਼ਰ ਆ, ਰੀਅਲ ਅਸਟੇਟ ਦਾ ਕੰਮ ਕਰਦਾ ਵਾ, ਆਪ ਕਹਿੰਦਾ ਵੀ ਮੇਰੀਆਂ ਆਪਣੀ ਨਜਾਇਜ਼ ਕਲੋਨੀਆਂ ਬਣੀਆਂ ਜੀ, 100 ਚੋਂ ਕਹਿੰਦਾ 5 ਲੀਗਲੀ ਨੇ, 95 ਇਲੀਗਲੀ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮਾਨਤਾ ਦੇ ਦਿੱਤੀ ਤੇ ਹੁਣ ਇਹਨਾਂ ਦੇ ਦਿੱਤੀ, 14,000 ਕਲੋਨੀਆਂ ਬਕਾਇਦਾ ਤੌਰ ਤੇ ਪੰਜਾਬ ਚ ਇਲੀਗਲੀ, ਤੇ ਉਹ ਸਰਕਾਰੀ ਖਜ਼ਾਨੇ ਦਾ ਮਾਲਾ ਮਾਲ ਹੋ ਸਕਦਾ ਸੀ, ਉਹ ਸਦਾ ਹੋਰ ਖਜ਼ਾਨੇ ਭਰੇ ਗਏ ਹੁਣ, ਬਿਲਕੁਲ ਭਰੇ ਹੋ ਸਕਦਾ ਲਫ਼ਜ਼ ਹੈ, ਹੋ ਸਕਦਾ। ਹਾਂਜੀ, ਤੇ ਕੁਲਵੰਤ ਸਿੰਘ ਨੇ ਇਹ ਵੀ ਗੱਲ ਕਹੀ, ਇਹਨਾਂ ਦਾ ਆਪਣਾ ਵਿਧਾਇਕ ਆ, ਉਹ ਕਹਿੰਦਾ ਵੇਖੋ ਜੀ ਇਹ ਲੀਗਲ ਕਲੋਨੀ, ਗੈਰ ਕਾਨੂੰਨੀ ਕਲੋਨੀ ਨਾ ਤੁਹਾਨੂੰ ਰਾਜਸਥਾਨ ਚ ਮਿਲੇਗੀ, ਨਾ ਹਿਮਾਚਲ ਚ ਮਿਲੇਗੀ, ਨਾ ਹਰਿਆਣਾ ਚ ਮਿਲੇਗੀ, ਨਾ ਯੂਪੀ ਚ ਮਿਲੇਗੀ, ਕੋਈ ਗੈਰ ਕਾਨੂੰਨੀ ਮਿਲੇਗੀ, ਮਿਲੇਗੀ ਤੇ ਪੰਜਾਬ ਚ ਮਿਲੇਗੀ। ਇਹਦਾ ਮਤਲਬ ਪੰਜਾਬ ਨੂੰ ਫਿਰ ਦੋਈ ਨੀ ਚੋਈ ਇੱਥੇ ਲੁੱਟਿਆ ਜਾ ਰਿਹਾ, ਲੁੱਟ ਲਓ ਮੁੜ ਕੇ ਮੌਕਾ ਨੀ ਜੀ ਮਿਲਣਾ। ਹੁਣ ਜਿੱਥੇ ਕਲੋਨੀ ਬਣ ਗਈ ਆ, ਕੋਈ ਸੜਕਾਂ ਪ੍ਰੋਪਰ ਨੀ ਹੈਗਾ, ਸੀਵਰੇਜ ਪ੍ਰੋਪਰ ਨੀ ਹੈਗਾ, ਵਾਟਰ ਸਪਲਾਈ ਪ੍ਰੋਪਰ ਨੀ ਹੈਗੀ, ਕੀ ਕਰੋ ਸਰਕਾਰ ਬਣਾ ਕੇ ਦੇਗੀ ਉੱਥੇ ਮੁੜ ਕੇ? ਬਿਲਕੁਲ, ਲੋਕ ਤੇ ਰੌਲਾ ਪਾਉਣਗੇ ਨਾ, ਅਸੀਂ ਫੀਸਾਂ ਭਰ ਬੈਠੇ, ਸਭ ਕੁਛ ਕਰ ਲਾ, ਬਣਾ ਕੇ ਦਿਓ ਸਾਨੂੰ, ਤੁਸੀਂ ਸਰਕਾਰ ਬਣਾ ਕੇ ਦੇਗੀ ਬਿਨਾਂ ਸਰਕਾਰ ਦੱਸੇ? ਇਸੇ ਕਰਕੇ ਚਾਹੀਦਾ ਇਹ ਸੀ ਲੀਗਲੀ ਕਰਨ ਤੋਂ ਪਹਿਲਾਂ ਜਿਹੜੀ ਕੋਲੋਨਾਈਜ਼ਰ ਸੀ ਉਹਨਾਂ ਨੂੰ ਖੜੇ ਕਰਦੇ ਕਟਹਿਰੇ ਦੇ ਵਿੱਚ, ਵੀ ਤੁਸੀਂ ਕਿਵੇਂ ਬਣਾਤੀ ਆ ਬਈ, ਕਰੋੜਾਂ ਰੁਪਏ ਅਰਬਾਂ ਰੁਪਈਏ ਇਹਨਾਂ ਦੇ ਖਜ਼ਾਨੇ ਚ ਆ ਸਕਦੇ ਸੀ ਜੇ ਕਿਤੇ ਸਹੀ ਤਰੀਕੇ ਨਾਲ ਕੰਮ ਕਰਦੇ। ਕਿ ਮੈਂ ਨੀ ਕਹਿ ਰਿਹਾ, ਇਹ ਬਕਾਇਦਾ ਤੌਰ ਤੇ ਬਾਜਵਾ ਸਾਹਿਬ ਨੂੰ ਇੰਨੀ ਗੱਲ ਕਹੀ, ਪ੍ਰਤਾਪ ਸਿੰਘ ਬਾਜਵਾ ਨੇ ਵੀ ਇੰਨੀ ਗੱਲ ਕਹੀ ਹੈ ਵੀ ਅਰਬਾਂ ਰੁਪਏ ਦਾ ਨੁਕਸਾਨ ਅੱਜ ਇਹਨਾਂ ਕੀਤਾ ਵਾ, ਜੇ ਕਿਤੇ ਕੋਲੋਨੀ ਨੂੰ ਫੜਦੇ ਉਹਨਾਂ ਨੂੰ ਕਹਿੰਦੇ ਦੱਸੋ ਜੀ ਕੀ ਕੀਤਾ ਜੇ, ਜਿਹੜੀ ਕਿਤੇ ਘੱਟ ਰਹੇਗੀ ਆਪਣੀ ਜਾਂਚ ਕਰਾ ਕੇ ਬਕਾਇਦਾ ਤੌਰ ਤੇ ਤੁਸੀਂ ਜਿਹੜਾ ਸੀ ਉਹਦਾ ਤਾਂ ਕਾਰਵਾਈ ਕਰੋ, ਤੁਸੀਂ ਪੂਰੀ ਕਰਾਓ ਉਹਨਾਂ ਕੋਲੋਂ। ਜਦੋਂ ਕੇਵਲ ਧਾਰੀ ਕੁਲਦੀਪ ਧਾਰੀਵਾਲ ਬੋਲੇ ਉੱਥੇ ਵੀ ਇਹ ਕਲੋਨੀਆਂ ਅਕਾਲੀਆਂ ਦੀਆਂ ਤੇ ਕਾਂਗਰਸੀਆਂ ਦੀਆਂ, ਕਹਿੰਦੇ ਇਨਕੁਆਇਰੀ ਕਰਾਓ, ਜਿਹੜਾ ਦੋਸ਼ੀ ਠੋਕ ਸੁੱਟੋ ਅੰਦਰ ਚੁੱਕੇ ਉਹਨੂੰ, ਅਸੀਂ ਰੋਕਿਆ ਤੁਹਾਨੂੰ ਆਪੇ, ਮਤਲਬ ਕਿਹੜਾ ਕਿਹੜਾ ਨੀ ਹੈਗਾ, ਤੁਸੀਂ ਰੋਕੇ ਅਸੀਂ ਕੌਣ ਕੌਣ ਨੀ ਹੈਗਾ? ਬਿਲਕੁਲ ਬਿਲਕੁਲ ਬਿਲਕੁਲ, ਜਿਹੜੇ ਤੁਹਾਡੇ ਚ ਗਏ ਨੇ ਉਹ ਬਹੁਤੇ ਤੇ ਕਾਂਗਰਸੀ ਤੇ ਕਰ ਲਈ ਜੇ ਨਾ। ਉਹਨੇ ਇਹ ਵੀ ਗੱਲ ਕਹੀ ਕਿ ਤੁਹਾਡਾ ਆਪਣਾ ਕੋਲੋਂ ਦੇ ਜਿਹੜੇ ਕੁਲਵੰਤ ਸਿੰਘ ਪਹਿਲਾਂ ਉਹਨੂੰ ਪੁੱਛੋ, ਉਹ ਆਪ ਬੰਦਾ ਮੈਂ ਨਜਾਇਜ਼ ਕਲੋਨੀ ਬਣੀ ਹੈ, ਆਪ ਬੰਦਾ ਹਾਊਸ ਖਲੋ ਕੇ ਬੰਦਾ। ਇਸ ਕਰਕੇ ਉਹ ਕਲੋਨੀਆਂ ਜਿਹੜੀ ਗੱਲ ਕੀਤੀ ਗਈ ਆ ਉਹ ਬਕਾਇਦਾ ਤੌਰ ਤੇ ਸਿਸਟੇਮੈਟਿਕ ਗੱਲ ਕਰਦੇ ਤੇ ਅਰਬਾਂ ਰੁਪਏ ਜਿਹੜੀ ਖਜ਼ਾਨੇ ਜਾ ਸਕਦੀ ਸੀ, ਲੇਕਿਨ ਇਹਨਾਂ ਨੇ ਉਹ ਖਜ਼ਾਨੇ ਤੇ ਆਉਣ ਨਹੀਂ ਦਿੱਤੇ। ਦੂਸਰੀ ਮਨਪ੍ਰੀਤ ਸਿੰਘ ਆਲੀ ਜੀ, ਮਨਪ੍ਰੀਤ ਸਿੰਘ ਆਲੀ ਨੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਦੀ ਤਾਰੀਫ ਕੀਤੀ ਹੈ, ਬਹੁਤ ਸੋਹਣੀ ਸਰਕਾਰ ਚੱਲ ਰਹੀ ਹੈ, ਤੇ ਮੁੱਖ ਮੰਤਰੀ ਸਾਹਿਬ ਨੇ ਮਨਪ੍ਰੀਤ ਸਿੰਘ ਆਲੀ ਦੀ ਕੀਤੀ। ਇੱਥੋਂ ਤੱਕ ਕਿਹਾ ਵੀ ਸਾਊਥ ਇੰਡੀਆ ਕਿਹੜੀ ਕਲੋਨੀ ਬਣਾਈ ਇਹਨਾਂ ਨੇ ਉੱਥੇ ਲੁਧਿਆਣੇ ਦੇ ਵਿੱਚ,
ਉਹ ਕਲੋਨੀ ਜਿਹੜੀ ਹੈ ਬਿਲਕੁਲ ਲੀਗਲੀ ਮੈਂ ਕਾਗਜ਼ ਸਾਰੇ ਮੰਗਾ ਕੇ ਚੈੱਕ ਕਰ ਲੈਂਦੇ, ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਬਿਲਕੁਲ ਠੀਕ ਕੰਮ ਕੀਤਾ, ਕੋਈ ਘਾਟ ਨਹੀਂ ਹੈਗੀ। ਤੇ ਮੁੜ ਕੇ ਆਪਣੀ ਗੱਲ ਚ ਕਹਿੰਦੇ ਆ, ਅਕਾਲੀਆਂ ਦੇ ਕੋਲੇ ਪਹਿਲਾਂ ਸਕੂਟਰ ਸੀ, ਮੁੜ ਕੇ ਸਾਈਕਲ ਆ ਗਿਆ, ਤੁਰੰਤ 11 ਨੰਬਰ ਗੱਡੀ ਚ ਜਾਇਆ ਕਰਨਗੇ ਜੀ। ਮਤਲਬ ਕਹਿਣ ਤੋਂ ਬਾਅਦ ਵੀ ਦੋ ਚੱਲੇ ਗਏ, ਇੱਕ ਹੀ ਰਹਿ ਗਿਆ। ਮਤਲਬ ਪਹਿਲੀ ਵਾਰੀ ਵੀ ਉਹਨਾਂ ਸੰਕੇਤ ਦਿੱਤਾ ਵੀ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਜਾ ਸਕਦਾ। ਪਿਆਲੀ ਉਧਰ ਚਲਾ ਗਿਆ ਤੇ ਸੁੱਖੀ, ਡਾਕਟਰ ਸੁੱਖੀ ਪਹਿਲਾਂ ਜਾ ਚੁੱਕਾ ਵਾ, ਤੇ ਫਿਰ ਇਹਨਾਂ ਦੋ ਸੀਟਾਂ ਤੇ ਇਲੈਕਸ਼ਨ ਕਰਾਉਣ ਦੀ ਲੋੜ ਨੀ ਪਏਗੀ। ਇਹ ਐਂਟੀ ਡਿਫੈਕਸ਼ਨ ਲਾਸ਼ ਤੋਂ ਫਿਰ ਬਾਹਰ ਹੋ ਜਾਣਗੇ। ਇਸ ਕਰਕੇ ਉਹਨਾਂ ਨੇ ਸੰਕੇਤ ਵਧੀਆ ਦਿੱਤੇ ਨੇ, ਪਿਆਲੀ ਵੀ ਜੇ ਚਲੇ ਜਾਂਦਾ ਤੇ ਕੋਈ ਕਹਿ ਨੀ ਸਕਦੇ, ਕਿਉਂਕਿ ਪਿਆਲੀ ਹੋਰਾਂ ਦਾ ਗੁੱਸਾ 2019 ਦਾ ਸੀ ਨਾ, ਪਰ ਬਾਰ ਬਾਰ ਕੀ ਗੱਲ ਕਰਨੀ ਹੈ। ਉਹ ਵੀ ਗੁੱਸਾ ਸੀ, ਝੁੰਡਾ ਕਮੇਟੀ ਦਾ ਵੀ ਗੁੱਸਾ ਸੀਗਾ, ਪ੍ਰੋਪਰਲੀ ਉਹਨਾਂ ਡੀਲ ਨਹੀਂ ਕੀਤਾ ਕਿ ਉਹ ਵੀ ਗੁੱਸਾ ਸੀਗਾ, ਇਸ ਕਰਕੇ ਉਹ ਘਰ ਬੈਠੇ ਦੇ ਨਾ, ਉਹ ਬਾਕੀਏ ਨਾਲ ਦਾਗੀਏ ਨਾਲ, ਇਸ ਵੇਲੇ ਕਿਸੇ ਵੇਲੇ ਵੀ ਉਹ ਕੁਛ ਵੀ ਕਰ ਸਕਦੇ, ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਸੰਕੇਤ ਦਿੱਤੇ ਨੇ ਜੀ। ਮਿਹਰਬਾਨੀ ਸਰ, ਮਿਹਰਬਾਨੀ ਜੀ, ਮਿਹਰਬਾਨੀ। ਅੱਛਾ, ਬੰਗਾਲ ਦੇ ਵਿੱਚ ਜਿਹੜਾ ਰੇਪ ਹੋਇਆ ਨਰਸ ਦਾ, ਜਿਹੜੀ ਟ੍ਰੇਨਿੰਗ ਸੀਗੀ, ਉਸ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਾਹਾਕਾਰ ਮਚੀ ਹੈ ਔਰ ਰਾਜਨੀਤੀ ਬੜੀ ਗਰਮਾਈ ਹੋਈ ਹੈ। ਇੱਕ ਰੇਪ ਬੜਾ ਦਿਖਾਈ ਦੇ ਰਿਹਾ ਬੀਜੇਪੀ ਵਾਲਿਆਂ ਨੂੰ, ਸੌਰੀ ਬੀਜੇਪੀ ਵਾਲਿਆਂ ਦੇ ਜਿਹੜੇ ਇੱਥੇ ਵਰਕਰਸ ਵਰਕਰ ਨੇ ਉਹਨਾਂ ਨੂੰ ਕਦੇ ਗੁੱਸਾ ਨਾ ਲੱਗੇ, ਪਰ ਬਹੁਤ ਸਾਰੇ ਰੇਪ ਹੁੰਦੇ ਨੇ, ਉਦੋਂ ਬਾਅਦ ਕਈ ਰੇਪ ਹੋ ਚੁੱਕੇ ਨੇ, ਪਰ ਕਿਉਂਕਿ ਉੱਥੇ ਬੀਜੇਪੀ ਦੀ ਗੌਰਮੈਂਟ ਨਹੀਂ ਹੈ। ਪਰ ਜਿਸ ਸੂਬੇ ਦੇ ਵਿੱਚ ਬੀਜੇਪੀ ਦੀ ਖੁਦ ਦੀ ਗੌਰਮੈਂਟ ਸੀ, ਉੱਥੇ ਆਏ ਦਿਨ ਰੇਪ ਹੁੰਦੇ ਸੀ, ਉਧਰ ਬਾਰੇ ਦੰਦ ਤੋਂ ਦੰਦ ਨਹੀਂ ਚੁੱਕਿਆ ਗਿਆ। ਮਾੜੀ ਗੱਲ ਹੈ ਕਿਤੇ ਵੀ ਹੋਵੇ, ਪਰ ਰਾਜਨੀਤੀ ਮਾੜੀ ਹੈ। ਪਰ ਜਬਰ ਜਨਾਹ ਦੇ ਦੋਸ਼ੀ ਨੂੰ 10 ਦਿਨਾਂ ਦੇ ਵਿੱਚ ਹੋਵੇਗੀ ਫਾਂਸੀ ਦੀ ਸਜ਼ਾ ਫਾਸਟ ਟਰੈਕ ਦੇ ਉੱਤੇ, ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਦੋ ਗੱਲਾਂ ਨੇ ਜੀ। ਇਹਨਾਂ ਨੇ ਬਕਾਇਦਾ ਤੌਰ ਤੇ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਵਾ, ਜਿਹਦੇ ਵਿੱਚ ਜਿਹੜਾ ਜਬਰ ਜਨਾਹ ਦਾ ਦੋਸ਼ੀ ਆ ਉਹਦੀ ਪ੍ਰਕਿਰਿਆ 21 ਦਿਨ ਚ ਪੂਰੀ ਕੀਤੀ ਜਾਊਗੀ, ਤੇ ਜੇ ਜਬਰ ਜਨਾਹ ਪੂਰੀ ਜਿਹੜੀ ਕੌਮੇ ਚੱਲ ਜਾਂਦੀ ਉਹਦੀ ਮੌਤ ਹੋ ਜਾਂਦੀ ਤੇ ਉਹ 10 ਦਿਨਾਂ ਚ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਊ। ਉਹ ਤੁਹਾਨੂੰ ਪਤਾ ਹੋਏ ਕਿ ਇਹ ਹੁਣ ਬਿੱਲ ਪਾਸ ਕਰਨ ਦੇ ਰਾਜਸਥਾਨ ਦੇ ਵਿੱਚ ਇੱਕ ਜੱਜ ਨੇ 10 ਦਿਨ ਸੁਣਾਈ ਸੀ, ਇਸ ਤੋਂ ਪਹਿਲਾਂ 2-3 ਸਾਲ ਪਹਿਲਾਂ, ਹਾਂਜੀ, ਵਿਦਨ 10 ਡੇਸ ਆਪਾਂ ਉਹ ਖਬਰ ਸਾਂਝੀ ਕੀਤੀ ਸੀ। ਇਸ ਕਰਕੇ ਇਹਨਾਂ ਕਾਨੂੰਨ ਬਣਾਇਆ, ਚੰਗੀ ਗੱਲ, ਤੇ ਮੈਂ ਇਹ ਗੱਲ ਕਹਿੰਦਾ ਕਾਨੂੰਨ ਬਣਾਇਆ ਬਕਾਇਦਾ ਤੌਰ ਤੇ ਮਸਲੇ ਹੱਲ ਨਹੀਂ ਹੋਣ, ਕਿ ਅਸਾਮ ਤੇ ਬਲਾਤਕਾਰ ਨਹੀਂ ਹੋਏ, ਕਿ ਕੱਲ ਦੀ ਗੱਲ ਫਿਰ ਬਲਾਤਕਾਰ ਨੇ ਬਕਾਇਦਾ ਤੌਰ ਤੇ ਬਲਾਤਕਾਰ ਕਰਕੇ ਲਿੰਗੂ ਫੜਿਆ ਨੀ ਬਨੀਪੁਰ ਦੇ ਵਿੱਚ, ਕਿਉਂ ਨੀ? ਬਸ ਉਹ ਤੇ ਸੁਣਾਈ ਦਿਖਾਈ ਨਾ ਦਿੰਦਾ, ਸਿਰਫ ਇਹਨਾਂ ਨੂੰ ਇੱਕ ਤਰ੍ਹਾਂ ਕਾਤੀ ਹੈ ਕਿ ਕਿਸੇ ਨੇ ਕਿਸੇ ਤਰ੍ਹਾਂ ਕਿ ਜੋ ਉੱਥੇ ਜਿਹੜਾ ਵਾ ਬੰਗਾਲ ਦੇ ਵਿੱਚ ਹਾਲਾਤ ਇੰਨੇ ਕੁ ਖਰਾਬ ਕਰਦੇ ਹੋ ਕਿ ਸਾਨੂੰ ਉੱਥੇ ਰਾਸ਼ਟਰਪਤੀ ਰਾਜ ਲਾਉਣ ਲਈ ਲਾਗੂ ਕਰਨ ਦਾ ਜਿਹੜਾ ਮੌਕਾ ਮਿਲੇ। ਜੇ ਕਿਤੇ ਵਿਰੋਧੀ ਧਿਰਾਂ ਜਿੰਨੀ ਮਜ਼ਬੂਤ ਨਾ ਹੁੰਦੀ ਤੇ ਫਿਰ ਸ਼ਾਇਦ ਹੁਣ ਉਹ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ, ਲੇਕਿਨ ਵਿਰੋਧੀ ਧਿਰ ਇੰਨੀ ਮਜ਼ਬੂਤ ਹੋਣ ਕਾਰਨ ਜਿਹੜਾ ਉੱਥੇ ਹਾਲ ਦੀ ਕੜੀ ਬਚਾਅ ਆ, ਕਿਉਂਕਿ ਉਹਨੂੰ ਬਰਦਾਸ਼ਤ ਹੀ ਨਹੀਂ ਕਰਨ, ਜਿਸ ਤਰੀਕੇ ਨਾਲ ਉਹਨਾਂ ਨੂੰ ਹਰਾਇਆ, ਜਿਸ ਤਰੀਕੇ ਨਾਲ ਉਹਨੇ ਬਾਹਾਂ ਖੜੀਆਂ ਕਰੀਆਂ, ਜਿਸ ਤਰੀਕੇ ਨਾਲ ਲੋਕ ਸਭਾ ਚ ਉਹਨੇ ਗਏ, ਇਹਨਾਂ ਦੀ ਦੰਦ ਕੱਟੇ ਕੀਤੇ ਨੇ, ਇਹਨਾਂ ਕੋਲ ਇੱਕੋ ਰਸਤਾ ਰਹਿ ਗਿਆ ਹੁਣ ਵੀ ਉੱਥੇ ਹਾਲਾਤ ਖਰਾਬ ਕਰਕੇ ਤੇ ਬਕਾਇਦਾ ਤੌਰ ਤੇ ਜਿਹੜਾ ਵਾ ਉੱਥੇ ਤੁਸੀਂ ਜਿਹੜਾ ਵਾ ਰਾਸ਼ਟਰਪਤੀ ਲਾਗੂ ਕਰੋ। ਲੇਕਿਨ ਦੋ ਚਿੱਠੀਆਂ ਲਿਖੀਆਂ, ਉਹ ਕਹਿੰਦੀ ਇਸ ਗੱਲ ਨਾਲ ਮੈਂ ਸਹਿਮਤ ਹਾਂ
ਵੀ ਜਿਹੜਾ ਵੀ ਦੋਸ਼ੀ ਬਲਾਤਕਾਰ ਦਾ ਹੈਗਾ ਉਹਦੇ ਨਾਲ ਸਖ਼ਤ ਨਾਲ ਸਖ਼ਤੀ ਨਿਪਟਿਆ ਜਾਵੇ। ਅਸੀਂ ਨਿਪਟ ਰਹੇ, ਕੇਂਦਰ ਵੀ ਕਾਰਵਾਈ ਕਰੇ ਦਿੱਤੇ ਤੇ ਅੱਜ ਚਿੱਠੀ ਖੋਲ ਲਿਖੀ ਹੈ ਜਿਹਦੇ ਤੇ ਆਲੋਚਨਾ ਵੀ ਕੀਤੀ ਹੈ ਕਿ ਤੁਸੀਂ ਜਾਣ ਬੁੱਝ ਕੇ ਇੱਕ ਸ਼ਾਂਤਮਈ ਜਿਹੜਾ ਵਾ ਹਾਲਾਤ ਖਰਾਬ ਕਰ ਰਹੇ, ਜਾਣ ਬੁੱਝ ਕੇ ਕਰ ਰਹੇ। ਇਸ ਕਰਕੇ ਇਹਨਾਂ ਦੀ ਖਾਸ ਸਿਰਫ ਇਹੋ ਹੀ ਆ ਜਿਹਦੇ ਕਰਕੇ ਅੱਜ ਉਹਨਾਂ ਨੇ ਥੋੜਾ ਧਿਆਨ ਡਾਈਵਰਟ ਕਰਨ ਵਾਸਤੇ ਇਹ ਬਿੱਲ ਪਾਸ ਕੀਤਾ ਵਾ। ਇਹਦੇ ਬਿੱਲ ਦੇ ਆਉਣ ਵਾਲੇ ਸਮੇਂ ਚ ਅਰਜੈਂਟ ਕੀ ਨਿਕਲਦੇ ਇਹ ਨੀ ਪਤਾ, ਕਿਉਂਕਿ ਬਿੱਲ ਬਿੱਲ ਨੀ ਹੁੰਦਾ, ਕਿਉਂਕਿ ਉਹਦੇ ਸੰਦਰਭ ਚ ਕੰਮ ਕਰਨਾ ਹੁੰਦਾ। ਜਦੋਂ ਕਿਤੇ ਦੋਵਾਂ ਤਿੰਨ ਲੋਕ ਖਵਾ ਕੇ ਅਗਲੇ ਵਕੀਲਾਂ ਕੋਲੋਂ ਫਿਰ ਫਿਰ ਦੋ ਮਹੀਨੇ ਖਿੱਚ ਕੇ ਲੈ ਜਾਂਦੇ। ਬਿਲਕੁਲ ਬਿਲਕੁਲ, ਕਾਨੂੰਨ ਦੀਆਂ ਚੋਰ ਮੋਰੀਆਂ ਜਿਹੜੀਆਂ ਨੇ ਉਹਨਾਂ ਦੇ ਤੇ ਤਾਂ ਫਿਰ ਤੁਹਾਨੂੰ ਪਤਾ ਇੱਕ ਵਕੀਲ ਆਪਣੇ ਕਲਾਇੰਟ ਨੂੰ ਕਿਵੇਂ ਆਪਣੇ ਪੈਸੇ ਬਚਾਉਣ ਦੀ ਖਾਤਰ ਬਣਾਉਣ ਦੀ ਖਾਤਰ ਬਚਾਉਂਦੇ ਨੇ। ਅੱਛਾ, ਦੂਸਰਾ ਜਦੋਂ ਕਿਤੇ ਇਹੋ ਜਿਹੀ ਗੱਲ ਆਉਂਦੀ ਹੈ ਕਿ ਸਾਧਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਇੱਕ ਨਾ ਜੋਗਾ ਸਿੰਘ ਜੋਗੀ, ਉਹਨਾਂ ਨੇ ਬੜੀ ਗੱਲ ਵਧੀਆ ਸੁਣਾਈ ਸੀ, ਸ਼ਾਇਦ ਤੁਸੀਂ ਸੁਣੀ ਹੁੰਦੀ, ਕੈਸਟਾਂ ਦੇ ਵਿੱਚ ਆਉਂਦਾ ਹੁੰਦਾ ਸੀਗਾ ਕਿ ਇਹ ਬਾਬੇ ਪ੍ਰਸ਼ਾਦਾ ਨਹੀਂ ਛਕਦੇ, ਹਮ ਦੁੱਧਾ ਧਾਰੀ ਹੁੰਦੇ ਹਾਂ ਜੀ, ਕਹਿੰਦਾ ਆਹ ਐਡੀਆਂ ਮੋਟੀਆਂ ਹੁੰਦੀਆਂ ਸਾਧ ਦੀਆਂ ਪਿੰਜਣੀਆਂ, ਐਡੀ ਵੱਡੀ ਗੋਗੜ ਹੁੰਦੀ ਹੈ ਬੱਚਾ, ਹਮ ਦੁੱਧਾ ਧਾਰੀ ਹੁੰਦੇ ਹਾਂ। ਕਹਿੰਦਾ ਗੜਵੀ ਦੁੱਧ ਦੀ ਭਰੀ ਹੋਵੇ ਵਿੱਚ ਪਾਏ ਹੋਣ ਛੁਹਾਰੇ, ਬਦਾਮ ਲੌਂਗੀਆਂ ਲੌਂਗ ਲਾਚੀਆਂ ਅਤੇ ਸੇਬ ਸੰਤਰੇ ਅਤੇ ਸਾਜੋ ਸਮਾਨ ਹੋਵੇ ਖਾਣ ਨੂੰ, ਅਤੇ ਬਾਬੇ ਨੂੰ ਦੁੱਧ ਦੁੱਧ ਪਚਣਾ ਕਿ ਫਿਰ ਰੋਟੀ ਪਚਣੀ ਆ। ਅਤੇ ਸ਼ਾਮ ਨੂੰ ਕਹਿੰਦਾ ਡੇਰੇ 'ਚ ਚਾਰ ਬੀਬੀਆਂ ਇੱਧਰ ਬੈਠੀਆਂ, ਹੁਣ ਚਾਰ ਇੱਧਰ ਬੀਬੀਆਂ ਬੈਠੀਆਂ ਲੱਤਾਂ ਘੁੱਟਣ ਵਾਲੀਆਂ, ਉਹਨੂੰ ਰੋਟੀ ਕਿਵੇਂ ਪਚਣੀ, ਉਹ ਤਾਂ ਦੁੱਧਾ ਧਾਰੀ ਹੁੰਦਾ ਨਾ। ਫਿਰ ਇਹ ਸਾਧਾਂ ਦੇ ਡੇਰਿਆਂ ਦੇ ਵਿੱਚ ਅਕਸਰ ਹੀ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਨੇ। ਇੱਕ ਹੋਰ ਬੜੀ ਵਧੀਆ ਗੱਲ ਮੈਨੂੰ ਯਾਦ ਆ ਗਈ, ਲਾਈਨ ਸੀਗੀ ਕਿ ਕਿਸੇ ਔਰਤ ਨੂੰ ਪੁੱਛੋ ਨਾ ਵੀ ਕਿੱਥੋਂ ਆਈ ਹਾਂ, ਅਤੇ ਜੇ ਗੁਰੂ ਗ੍ਰੰਥ ਸਾਹਿਬ ਹੋਵੇ ਅੰਦਰ ਪਿਆ ਅਤੇ ਕਵੇ ਕਿ ਮੈਂ ਆਪਣੇ ਗੁਰੂ ਨੂੰ ਮਿਲ ਕੇ ਆਈ ਹਾਂ, ਅਤੇ ਉੱਥੇ ਕੋਈ ਹੋਰ ਨਾ ਹੋਵੇ, ਹੋਵੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਾਂ ਮੰਦਰ ਹੋਵੇ, ਉੱਥੇ ਹੋਰ ਪੁਜਾਰੀ ਕੋਈ ਇਹੋ ਜਿਹਾ ਨਾ ਹੋਵੇ, ਚੱਕੀ 'ਤੇ ਕੋਈ ਸ਼ੱਕ ਨਹੀਂ ਕਰੂਗਾ, ਪ੍ਰਾਊਡਲੀ ਕਹੂਗੀ ਕਿ ਮੈਂ ਆਪਣੇ ਗੁਰੂ ਨੂੰ ਮਿਲ ਕੇ ਆਈ। ਅਤੇ ਜੇ ਕਿਸੇ ਡੇਰੇ ਵਾਲੇ ਦੇ ਡੇਰੇ ਦੇ ਕਮਰੇ 'ਚੋਂ ਨਿਕਲੀ ਹੋਵੇ ਤਾਂ 100 ਤਰ੍ਹਾਂ ਦੇ ਦੋਸ਼ਣ ਜਿਹੜੇ ਨੇ ਉੱਤੇ ਲੱਗਦੇ ਨੇ ਵੀ ਇਹ ਕਿੱਥੋਂ ਆਈ ਹੈ, ਹੈ ਨਾ। ਹੁਣ ਡੇਰੇ ਦਾ ਇੱਕ ਸਾਧ ਗ੍ਰਿਫਤਾਰ ਹੋਇਆ ਜਬਰ ਜਨਾਹ ਦੇ ਮਾਮਲੇ ਦੇ ਵਿੱਚ, ਹੁਣ ਕਹਾਣੀ ਉਹ ਬੀਬੀ ਨੇ ਜਿਹੜੀ ਸੁਣਾਈ ਆ ਉਹ ਤੁਸੀਂ ਦੱਸ ਦਿਓ। ਵੇਖੋ, ਜਿਹੜੀ ਕਹਾਣੀ ਉਹ ਬੀਬੀ ਨੇ ਸੁਣਾਈ ਉਹ ਤੇ ਅਲੱਗ ਗੱਲ ਆ, ਸਵਾਲ ਇਹ ਪੈਦਾ ਹੁੰਦਾ ਵੀ ਇਹ ਡੇਰੇਦਾਰ ਪੰਥ ਤੋਂ ਰਹੇ, ਇਹ ਕਿਹਦੀ ਕਮਜ਼ੋਰੀ ਹੈਗੀ ਆ। 1,11,000 ਤੋਂ ਵੱਧ ਡੇਰੇ ਨੇ ਬਕਾਇਦਾ ਤੌਰ ਤੇ ਪੰਜਾਬ 'ਚ, 25,000 ਤੋਂ ਉੱਪਰ ਵੱਧ ਰਜਿਸਟਰਡ ਡੇਰੇ ਨੇ ਇਹਨਾਂ ਦੇ, 12,821 ਪਿੰਡ ਜਿਹੜੇ ਪਿੰਡ ਦੇ ਉਹਦਾ 13,000 ਸਮਥਿੰਗ ਆ, ਲੇਕਿਨ ਕਈ ਬੇਚਰਾਗ ਨੇ। ਬੇਚਰਾਗ ਪਿੰਡ ਉਹ ਹੁੰਦਾ ਵੀ ਉਹਦਾ ਰਕਬਾ ਹੁੰਦਾ ਵਾ, ਲੇਕਿਨ ਪਿੰਡ ਕਿਤੇ ਨਹੀਂ ਹੁੰਦਾ, ਉਹ ਲਾਗਲੇ ਪਿੰਡ 'ਚ ਲੋਕ ਰਹਿੰਦੇ ਨੇ, ਉੱਥੇ ਉਹਨੂੰ ਬੇਚਰਾਗ ਕਹਿ ਦਿੰਦੇ ਆ। ਕਿਸੇ ਵੇਲੇ ਪਿੰਡ ਉੱਥੇ ਹੁੰਦਾ ਲੇਕਿਨ ਬਾਅਦ 'ਚ ਉੱਜੜ ਉੱਜੜ ਗਿਆ ਹੁੰਦਾ। ਇਸ ਕਰਕੇ ਪਹਿਲੀ ਗੱਲ ਤੇ ਡੇਰੇ ਪੰਨਪ ਕਿਉਂ ਰਹੇ, ਫਿਰ ਪੁਲਿਸ ਜਿਹੜੀ ਹੈ ਡੇਰੇਦਾਰਾਂ ਦੇ ਖਿਲਾਫ ਪ੍ਰੋਪਰ ਕਾਰਵਾਈ ਕਰਕੇ ਖੁਸ਼ ਨਹੀਂ ਹੁੰਦੀ ਕਿ ਮੋਟੇ ਰਾਸ਼ਨ ਮਿਲ ਜਾਂਦਾ ਉੱਥੋਂ। ਬਲਾਤਕਾਰ ਦਾ ਕੇਸ ਹੋਵੇ ਤੇ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਮਿਲੇ, ਕਿਉਂ ਇੱਕ ਦਿਨ ਦਾ ਰਿਮਾਂਡ ਮਿਲੇ? ਫਿਰ ਬਾਬੇ ਨੂੰ ਹਵਾਲਾਤ ਬੰਦ ਦੀ ਕਰਨ ਦੀ ਬਜਾਏ ਤੁਸੀਂ ਕਮਰੇ 'ਚ ਬਿਠਾਓ, ਮੰਡੇ 'ਤੇ ਬਾਬੇ 'ਚ ਬੈਠੋ, ਕੋਈ ਗੱਲ ਨਹੀਂ ਤੁਸੀਂ। ਇਹ ਪ੍ਰਤਾਪ ਕਿਸੇ ਹੋਰ ਚੀਜ਼ ਦਾ ਨਹੀਂ, ਇਹ ਪ੍ਰਤਾਪ ਨੋਟਾਂ ਦਾ ਵਾ, ਜਿਹੜੇ ਬਾਬੇ ਦੇ ਲੋਕਾਂ ਕੋਲ ਲੁੱਟੇ ਹੁੰਦੇ ਨੇ।
ਇੱਕ ਬੀਬੀ ਦੇ ਸਾਹਮਣੇ ਆ ਗਈ, ਮੇਰੇ ਨਾਲ ਜਬਰ ਜਨਾਹ ਕੀਤਾ, ਬਾਕੀ ਹੋਰ ਵੀ ਕਈ ਹੁੰਦੀਆਂ ਕਹਿੰਦੀਆਂ ਨੀ ਗੀਆਂ, ਇੰਨੀ ਗੱਲ ਕਹਿੰਦੀ ਹੈ ਬਾਬਾ ਹੈ ਹੀ ਇਸ ਤਰ੍ਹਾਂ ਦਾ, ਮਤਲਬ ਕਹਿਣ ਤੋਂ ਬਹੁਤ ਸਾਹਮਣੇ ਨੀ ਆਉਂਦੀਆਂ ਬੀਬੀਆਂ। ਇਹਨਾਂ ਦੇ ਜਿਹੜੀ ਇਹਨਾਂ ਦੀ ਜਿਹੜੀ ਨਾ ਬਕਾਇਦਾ ਤੌਰ ਤੇ ਜਿਹੜੀ ਆ ਉਹ ਜੇ ਕਿਤੇ ਕੋਈ ਨਿਗਰਾਨੀ ਨਾ ਕੀਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹਾਲਾਤ ਪੰਜਾਬ ਦੇ ਖਰਾਬ ਹੋਣ। ਜੀ ਜੀ ਜੀ, ਇਹਨਾਂ ਦੀ ਨਿਗਰਾਨੀ ਐਸ ਜੀ ਪੀ ਸੀ ਨੂੰ ਕਰਨੀ ਪਊਗੀ, ਇਹਨਾਂ ਦੀ ਨਿਗਰਾਨੀ ਜਿਸੇ ਤਰ੍ਹਾਂ ਅਕਾਲ ਤਖ਼ਤ ਨੂੰ ਕਰਨੀ ਪਊਗੀ ਥੋੜੀ ਜਿਹੀ, ਭਾਈ ਇਹਨਾਂ ਨੂੰ ਨੱਥ ਪਾਓ। ਹੁਣ ਦੇਖੋ ਤੁਸੀਂ ਉਹਦੇ ਡੇਰੇ ਚ ਗੁਰੂ ਗ੍ਰੰਥ ਸਾਹਿਬ ਬੀੜਾਂ ਪਈਆਂ ਸੀਗੀਆਂ, ਉਹ ਚੁੱਕ ਕੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਵੀ ਲੈ ਜਾਓ, ਉਹ ਗੁਰਦੁਆਰਾ ਗੁਰੂ ਸਾਹਿਬ ਵਿਖੇ ਪਹੁੰਚਾਤੀ ਉਹਨਾਂ ਨੇ। ਸਵਾਲ ਤੇ ਇਹ ਪੈਦਾ ਹੁੰਦਾ ਵੀ ਇਹ ਬਾਬੇ ਦੀ ਹਿੰਮਤ ਕਿਵੇਂ ਇੰਨੀ ਪਈ ਵੀ ਇਹ ਕੰਮ ਇਹ ਕੁਛ ਕਰਨ ਲਈ, ਜਿਹੜੇ ਤੇ ਰੱਬ ਨਾਲ ਜੁੜੇ ਉਹਨਾਂ ਨੂੰ ਤਾਂ ਕੋਈ ਸੁੱਤ ਬੁੱਧ ਨੀ, ਰੱਬ ਦੀ ਗੱਲ ਕਰਦੇ ਆ, ਤੇ ਜਿਹਨਾਂ ਦਾ ਕੰਮ ਠੱਗੀਆਂ ਮਾਰਨਾ। ਸਾਡੇ ਵੀ ਜਿਹੜੀ ਗੱਲ ਤੁਸੀਂ ਗੱਲ ਕਹੀ ਹੈ ਨਾ ਬਿਲਕੁਲ ਠੀਕ ਹੈ, ਬੀਬੀਆਂ ਆਪਣੇ ਨਾਲ ਵੀ ਸਾਡੇ ਭੁੱਖੇ ਮਰ ਜਾਣ ਘਰ, ਲੇਕਿਨ ਡੇਰੇ ਸਾਹ ਦੂਰ ਜਾ ਕੇ ਦੁੱਧ ਵੀ ਲਾ ਕੇ ਆਉਣਗੀਆਂ ਤੇ ਸਬਜ਼ੀ ਵੀ ਲਾ ਕੇ ਆਉਣਗੀ। ਜੀ ਚਲੋ, ਗੱਲ ਕੜਵੀ ਹੋ ਜਾਂਦੀ ਹੈ, ਪਰ ਜੇ ਇਹਨਾਂ ਡੇਰਿਆਂ ਤੇ ਬੀਬੀਆਂ ਨਾ ਜਾਣ ਤੇ ਇਹ ਡੇਰਿਆਂ ਦੇ ਸਾਧ ਜਿਹੜੇ ਨੇ ਨਾ, ਇਹਨਾਂ ਨੂੰ ਕੰਮ ਤੇ ਵੀ ਨਾ ਰੱਖੇ। ਬਿਲਕੁਲ ਠੀਕ ਆ, ਕਹਿੰਦੇ ਹੁੰਦੇ ਵੀ ਜਿਹੜਾ ਬੀਬੀਆਂ ਦਾ ਬਾਬਾ ਕੋਈ ਭੁੱਖਾ ਨੀ ਮਰਦਾ, ਭੁੱਖਾ ਨੀ ਮਰਦਾ, ਤੇ ਉਹੀ ਤੇ ਹੈਗਾ ਨਾ। ਜੋਗਾ ਸਿੰਘ ਜੋਗੀ ਨੇ ਕਿਹਾ ਸੀ ਕਿ ਚਾਰ ਇੱਧਰ ਪੇਠੀਆਂ ਹੁੰਦਾ, ਐਡੀ ਐਡੀ ਪਿੰਜਣੀ ਹੁੰਦੀ ਉਹਦੀ, ਤੇ ਬਾਬਾ ਲੱਤਾਂ ਘਟਾ ਰਿਹਾ ਹੋਵੇ ਤੇ ਉਹੋ ਜਿਹੀਆਂ ਲੱਤਾਂ ਘੁੱਟਣ ਵਾਲੀਆਂ ਫਿਰ ਉਹਨਾਂ ਦੇ ਜਿਹੜੇ ਨੇ ਮਲੰਗੇ ਬਾਬੇ ਤੇ ਮਿਲਦੇ ਹੁੰਦੇ ਬੱਚਿਆਂ ਦੇ ਗਾਂ। ਵੇਖ ਲਿਓ ਭਾਵੇਂ ਪਾਲ ਸਿੰਘ ਪੰਨੂ ਜਿਹੜੇ ਪਟਿਆਲੇ ਵਾਲੇ ਨੇ ਉਹ ਗੱਲ ਦਿਖਾਉਂਦੇ ਆ, ਉਹ ਕਹਿੰਦੇ ਜੀ ਮੇਰਾ ਕਾਫੀ ਪਿਆਰ ਸੀ ਸੰਤਾਂ ਦਾ, ਸੰਤਨੈਲ ਸਿੰਘ ਭਿੰਡਰਾਂ ਵਾਲਿਆਂ, ਉਸ ਕੇਸ ਜੇਲ੍ਹ ਵੀ ਕੱਟੀ, ਜੇਲ੍ਹ ਵੀ ਇੰਨੀ ਕੱਟੀ ਹੈ ਵੀ 30 ਦਿਨ ਹਵਾਲਾ ਚ ਰੱਖਿਆ ਤੇ ਕੁੱਟੀ ਗਿਆ, ਕਦੇ ਸਾਨੂੰ ਕੁੱਟੀ ਗਿਆ, ਨਾ ਮੂੰਹ ਧੋਣਾ ਤੇ ਨਾ ਕੋਈ ਕੱਪੜੇ ਧੋਣੇ, ਤੇ ਗਰਮੀਆਂ ਦੇ ਦਿਨ ਤੇ ਸਾਨੂੰ ਆਪਣੇ ਆਪ ਤੋਂ ਬੋਲ ਲੱਗ ਪਈ ਸੀ, ਇਹ ਹਾਲਤ ਮਾੜੀ ਸੀ, ਇਹ ਸਾਡੇ ਆਪਣੇ ਸਿੱਖ ਭਰਾਵਾਂ ਦੀ ਗੱਲਾਂ ਨੇ, ਬੋਲ ਲੱਗ ਪਈ ਸੀ, ਕੁੱਟੀ ਗਏ ਕੋਈ ਗੱਲ ਨੀ, ਸਰੀਰ ਸੁੰਨ ਹੋ ਗਿਆ ਸੀ, ਜਿੱਦਣ ਸਾਨੂੰ ਜੇਲ੍ਹ ਭੇਜਿਆ ਸਾਨੂੰ ਦਰਦ ਹੋਣ ਲੱਗ ਪਈਆਂ, ਹੁਣ ਕੁੱਟ ਨੀ ਪੈਣੀ। ਉਹ ਕੀ ਕਹਿੰਦੇ ਆ, ਕਹਿੰਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਰਹੇ ਸੀ ਪ੍ਰਕਰਮਾ ਦੇ ਵਿੱਚ, ਕਿ ਬੀਬੀ ਪਹਿਰੇ ਲੋਕੀ ਤੋਂ ਅੱਗੇ ਤੀਰ ਕਰਤਾ ਨਹੀਂ ਜੀ ਪਿੱਛੇ, ਦੱਸੋ ਕੀ ਗੱਲ, ਕਹਿੰਦਾ ਮੈਂ ਨਾਲ ਸੀਗਾ, ਮੈਂ ਹਫ਼ਤੇ ਬਾਅਦ ਗਿਆ ਤੇ ਮੈਂ ਜਾ ਕੇ ਸੰਤਾਂ ਦੀ ਗੋਡੀ ਥਲਾਇਆ ਤੇ ਮੈਂ ਕਿਹਾ ਸੰਤ ਜੀ ਉਹ ਬੀਬੀ ਨੂੰ ਤੁਸੀਂ ਯੋਗਤਾ, ਮੈਨੂੰ ਕੁਛ ਕਿਹਾ ਨੀ, ਕਹਿੰਦੇ ਉਹ ਬੀਬੀ ਪਰੇ ਸਲਾਉਂਦੀ ਸੀ, ਤੂੰ ਸ਼ਰਾਰਤਾਂ ਕਰਦਾ ਸ਼ਰਾਰਤਾਂ ਕਰਦਾ, ਠੀਕ ਹੈ ਨਾ। ਇਸ ਕਰਕੇ ਸੰਤਗਿਰੀ ਸਿੱਖਣੀ ਆ, ਇੱਦਾਂ ਦੀ ਕਰੋ ਕੋਈ ਨਾ ਕੋਈ, ਠੀਕ ਹੈ ਤੂੰ ਪੜ੍ਹਾਈ ਕਰੋ ਲੋਕਾਂ ਦੀ ਕਰੋ, ਚੰਗੀ ਗੱਲ ਆ, ਕੋਈ ਸਕੂਲ ਖੋਲ ਕੇ ਦਿਓ ਕੋਈ ਨਾ ਕੋਈ, ਕੋਈ ਬੱਚਿਆਂ ਨੂੰ ਪੜ੍ਹਾਓ, ਮਾੜੀ ਗੱਲ ਕੋਈ ਨੀ ਹੈਗੀ, ਲੇਕਿਨ ਸੰਤਗਿਰੀ ਇਹ ਨਹੀਂ ਤੁਸੀਂ ਆਪਾਂ ਗੁਰਦੁਆਰਾ ਬਣਾ ਲਓ ਆਪਣੇ ਕੰਮਾਂ ਤੋਂ ਹੀ ਵਿਹਲ ਨੀ ਗਏ, ਸਕ੍ਰਿਪਟ ਪੜ੍ਹਨ ਤੋਂ ਹੀ ਵਿਹਲ ਨੀ ਹੈ, ਤੇ ਉਹ ਇਹਨਾਂ ਕੰਮਾਂ ਵਾਲੇ ਪਾਸੇ ਕਿੱਦਾਂ ਹੋਣਗੇ, ਵਿਹਲ ਨੀ ਹੈਗੀ ਜਦੋਂ ਤੁਹਾਡੇ ਕੋਲ ਆਉਂਦੇ ਬਿਲਕੁਲ ਆਉਂਦੇ ਨੇ ਜੀ, ਦੋ ਕੋਈ ਰਾਵਾਂ ਨੀ। ਆ ਹੁਣ ਵੇਖ ਲੋ ਕੰਗਣਾ ਰਣੌਤ ਦੇ ਉੱਤੇ ਹੋਵੇ, ਵਿਦੇਸ਼ ਬੈਠਾ ਹੋਵੇ ਧੁਮਾ, ਹਾਂਜੀ ਸੰਤ ਜਰਨੈਲ ਸਿੰਘ ਦੀ ਥਾਂ ਦੇ ਉੱਤੇ, ਚੌਦਵੇਂ ਮੁਖੀ ਦੀ ਥਾਂ ਦੇ ਉੱਤੇ, ਤੇ ਉਹਦਾ ਕੋਈ ਦੰਦ ਤੋਂ ਦੰਦ ਨਾ ਉੱਠੇ, ਤਿਆਗ ਹੈ ਨਾ ਫਿਰ ਸਾਰਾ ਕੁਛ ਸਾਹਮਣੇ।
ਹੁਣ ਖਬਰਾਂ ਇਹ ਵੀ ਛਪਦੀਆਂ ਨੇ ਕਿ ਵਿਦੇਸ਼ਾਂ ਦੀਆਂ ਸੰਗਤਾਂ ਨੇ ਇਹਨੂੰ ਮੁਖੀ ਮੰਨਣ ਤੋਂ ਇਨਕਾਰ ਕਰ ਦਿੱਤਾ, ਹੁਣ ਭਾਵੇਂ ਸ਼ਾਇਦ ਜ਼ਬਾਨ ਖੁੱਲੇ। ਪਰ ਸਾਡੀ ਕੌਮ ਦੇ ਕੋਲ ਇਹੋ ਜਿਹੇ ਜਦੋਂ ਨੇਤਾ ਹੋਣਗੇ ਤੇ ਫਿਰ ਆਹ ਕੰਮ ਜਿਹੜੇ ਤੁਸੀਂ ਇਹ ਕੰਮ ਇਹਨਾਂ ਦੇ ਆ ਪਰ ਕਰ ਆਪਾਂ ਰਹੇ ਹਾਂ, ਸਾਨੂੰ ਕੀ ਹੁੰਦਾ, ਸਾਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ, ਸਾਡੀ ਫਿਰ ਰੀੜ੍ਹ ਦੀ ਹੱਡੀ ਤੋੜਦੇ ਨੇ ਇਹ ਬੀਬੀਆਂ ਵੀ ਤੇ ਬੀਬੇ ਵੀ ਜਿਹੜੇ ਇਹਨਾਂ ਦੇ ਜਾਣ ਪਛਾਣ ਵਾਲੇ ਹੁੰਦੇ ਆ, ਸਾਨੂੰ ਐਡਾਂ ਬੰਦ ਕਰ ਦਿੰਦੇ ਨੇ ਸਾਡੀਆਂ। ਪਰ ਫਿਰ ਵੀ ਉਹਦੇ ਬਾਵਜੂਦ ਵੀ ਵੇਖੋ ਅਸੀਂ ਵੱਧ ਫੁੱਲ ਹੀ ਰਹੇ ਹਾਂ, ਕਿਉਂਕਿ ਉਹ ਕਿਤੇ ਨਾ ਕਿਤੇ ਕੋਈ ਸ਼ਕਤੀ ਸਾਨੂੰ ਜਿਹੜੀ ਆ ਸ਼ਕਤੀ ਪ੍ਰਦਾਨ ਕਰ ਰਹੀ ਆ ਸਾਡੇ ਵਪਾਰੀ ਸੱਜਣਾਂ ਦੇ ਸਹਿਯੋਗ, ਬਚੇ ਚਾਹੇ ਨਾ ਬਚੇ ਕੋਈ ਵੀ। ਕਿੰਨੀਆਂ ਇਹਦੀਆਂ ਅਲੱਗ ਪੁਲਿੰਗ ਹੋਈਆਂ ਨੇ ਰੰਗਲਾ ਪੰਜਾਬ ਦੀ, ਮੈਂ ਸੋਚਦਾ ਸੀ ਆ ਰੀਸੈਂਟਲੀ ਇੱਕ ਘੰਟਾ ਸਾਨੂੰ ਅਸੀਂ ਅੱਧਾ ਘੰਟਾ ਸਟੇਸ਼ਨ ਵਾਲਿਆਂ ਨੂੰ ਕਿਹਾ ਸੀ ਵੀ ਆ ਗੈਪ ਜਿਹਾ ਕੱਢ ਦਿਓ, ਅੱਧੇ ਘੰਟੇ ਦੀ ਬ੍ਰੇਕ ਹੈ ਅਤੇ ਇਹਨੂੰ ਤੁਸੀਂ ਕੰਟੀਨਿਊ ਪੰਜਾਬੀ ਪ੍ਰੋਗਰਾਮ ਕਰ ਦਿਓ ਜਾਂ ਹਿੰਦੀ ਪਾ ਦਿਓ ਅੱਧਾ ਘੰਟਾ ਕੋਈ, ਅਤੇ ਉਹਨਾਂ ਨੇ ਸਾਨੂੰ ਇੱਕ ਘੰਟਾ ਦੇ ਦਿੱਤਾ ਅਤੇ ਉਹ ਫਿਰ ਵੀ $14,000-15,000 ਦਾ ਸਾਡੇ ਸਿਰ 'ਤੇ ਬਜਟ ਵੱਧ ਗਿਆ। ਪਰ ਮੈਨੂੰ ਪਤਾ, ਮੈਨੂੰ ਉਮੀਦ ਹੈ ਮੇਰੇ ਸਰੋਤਿਆਂ 'ਤੇ, ਮੇਰੇ ਦਰਸ਼ਕਾਂ 'ਤੇ, ਮੇਰੇ ਵਪਾਰੀ ਸੱਜਣਾਂ 'ਤੇ ਕਿ ਸਾਨੂੰ 1-2 ਮਹੀਨੇ ਲੱਗਣਗੇ ਉਹ ਘਾਟ ਪੂਰੀ ਹੋ ਜੂਗੀ। ਬਟ ਇਹਦੇ ਬਾਵਜੂਦ ਵੀ ਇੱਕ ਲੱਤਾਂ ਖਿੱਚੀਆਂ ਜਾਂਦੀਆਂ ਨੇ, ਅਸੀਂ ਤਰੱਕੀ ਕੀਤੀ ਹੈ ਖਿੱਚਣ ਵਾਲੇ ਦਾ ਸੋਚ ਕੇ ਵੇਖਿਓ ਕਿ ਅਸੀਂ, ਤੁਸੀਂ ਤਾਂ ਕੋਸ਼ਿਸ਼ ਕੀਤੀ ਇਹਨੂੰ ਬੰਦ ਕਰਾਉਣ ਦੀ, ਐਡਵਰਟਾਈਜਮੈਂਟ ਬੰਦ ਕਰਾ ਕੇ, ਪਰ ਮੇਰਾ ਤਾਂ ਇੱਕੋ ਹੀ ਹੁੰਦਾ ਕਿ ਮੇਰਾ ਰੋਸੇ ਨਾਲ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੋਸ ਜੇ, ਉਸ ਬਾਪੂ 'ਚ ਵਿਸ਼ਵਾਸ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਹੈ ਵੀ ਉਹਨੇ ਦੇਣਾ। ਜਿੱਥੇ ਮੈਨੂੰ ਧਾਰਮਿਕ ਥਾਂ 'ਤੇ ਕੋਈ ਵੀ ਸੱਦੇ, ਬੜੀ ਸ਼ਰਧਾ ਭਾਵਨਾ ਦੇ ਨਾਲ ਜਾਈਦਾ, ਮੰਦਰ ਜਾਈਦਾ, ਕੋਈ ਕਿਸ ਥਾਂ 'ਤੇ ਸੱਦੇ ਜਾਈਦਾ, ਮੱਥਾ ਟੇਕੀਦਾ, ਪਰ ਆਪਣਾ ਕੀਤਾ ਉਹਦੇ ਵੱਲ, ਉਹਨੂੰ ਮੇਲਾ ਮਾਰ ਦੇਦਾ ਭਾਈ ਆਹ ਕੰਮ ਬਾਬਾ ਜੀ ਤੁਸੀਂ ਸੰਭਾਲਣਾ, ਹੁਣ ਮੇਰੇ ਵੱਸ ਦੀ ਰੋਕ ਨਹੀਂ, ਆਪੇ ਸੰਭਾਲ ਲੈਂਦਾ, ਉਹ ਦਿੰਦਾ ਦੇ ਲੈਂਦੇ ਥੱਕ ਪਾਏ ਜੋਗਾ ਅੱਜ ਕੰਤਰ ਖਾਈ ਖਾਏ। ਗੱਲ ਤਾਂ ਆ ਕਿ ਜੀ ਅਸੀਂ ਇਹਨਾਂ ਦਾ ਫਰਜ਼ ਨਿਭਾ ਰਹੇ ਹਾਂ, ਸਾਨੂੰ ਕੋਈ ਲੋੜ ਨਹੀਂ ਕਿ ਵੈਸੇ ਇਹ ਅੰਨੀ ਦੌਲਤ ਦੇ ਕੇ ਜਾਂਦੇ ਆ, ਜੇ ਇਹਨਾਂ ਦੇ ਇੱਥੇ ਬਥੇਰੇ ਤਲਵੇ ਚੱਟਦੇ ਨੇ, ਇੱਥੇ ਬਥੇਰੇ ਇਹਨਾਂ ਦੀ ਤਲਵੇ ਚੱਟ ਲਓ, ਐਡਾਂ ਦੀ ਕਮੀ ਕੋਈ ਨਹੀਂ, ਪਰ ਕਿਉਂ ਤਲਵੇ ਚੱਟੀਏ, ਤਲਵੇ ਉਸ ਸੱਚੀ ਦਰਗਾਹ ਦੇ ਕੱਟ ਉਹਦੇ ਅੱਗੇ ਸਿਰ ਚੁਕਾਈਦਾ। ਅੱਛਾ, ਜਿਹੜੀ ਖਿੱਚੋ ਤਾਣ ਹੋਈ ਆ ਉਹਦੇ 'ਤੇ ਤੁਹਾਡਾ ਨਜ਼ਰੀਆ ਲੈਣਾ ਚਾਹਾਂਗੇ, ਫਿਰ ਵਾਈਂਡ ਅਪ ਕਰਾਂਗੇ। ਜਿੱਥੇ ਵਿਰੋਧੀਆਂ ਦੇ ਤੰਜ ਕੱਸਿਆ, ਭਗਵੰਤ ਮਾਨ ਜੀ ਨੇ ਕਿਹਾ ਕਿ ਸੱਤਾ ਨਹੀਂ ਪਜਾਮੀਆਂ ਰਹਿ ਜਾਣਗੀਆਂ, ਉੱਧਰ ਮੁੱਖ ਮੰਤਰੀ ਅਤੇ ਸਪੀਕਰ ਦੀ ਖਿੱਚੋ ਤਾਣ ਜਿਹੜੀ ਆ ਉਹ ਚਰਚਾ ਵਿਧਾਨ ਸਭਾ ਦੇ ਵਿੱਚ ਜਿਹੜੀ ਪੁੱਜੀ ਆ, ਸਪੀਕਰ ਨੇ ਹੀ ਕਟਹਿਰੇ 'ਚ ਖੜਾ ਕਰਤਾ ਮੁੱਖ ਮੰਤਰੀ ਨੂੰ। ਬਕਾਇਦਾ ਤੌਰ ਤੇ ਇੱਕ ਕੇਸ ਦੇ ਵਿੱਚ ਉਹਨਾਂ ਨੇ ਕਿਹਾ ਜੀ ਪੁਲਿਸ ਅਫਸਰ ਸਾਬਕਾ ਬੈਠੇ ਸਾਡੇ ਤੇ MLA ਨੇ ਕੁਮਰ ਵਿਜੇ ਪ੍ਰਤਾਪ ਹੋਰੀ, ਜਿਨ੍ਹਾਂ ਨੂੰ ਸਪੀਕਰ ਕਿਸੇ ਵੇਲੇ ਬੋਲਣ ਨਹੀਂ ਦਿੰਦਾ, ਕੱਲ ਉਹਨੇ ਆਪ ਨਾਂ ਲੈ ਕੇ ਕਿਹਾ ਜੀ ਸਾਨੂੰ ਰਾਏ ਦਿਓ ਵੀ ਇਸ ਬੰਦੇ ਦੇ ਖਿਲਾਫ਼ ਕਾਰਵਾਈ ਅਸੀਂ ਕੀ ਕਰੀਏ। ਉਹਨਾਂ ਇੱਕ ਕੌਂਸਲ ਦੇ ਬੇਟੇ ਤੇ ਇਲਜ਼ਾਮ ਲਾਇਆ ਵੀ ਇਹ ਗੈਂਗਸਟਰ, ਤੇ ਗੈਂਗਸਟਰ ਕੋਲੋਂ ਬਕਾਇਦਾ ਤੌਰ ਤੇ ਇੱਕ ਹੌਲਦਾਰ ਨੇ 2015 ਚ ਪੈਸੇ ਲੈ ਸੀ ਉਹਨੂੰ ਪਰਚੇ ਚੋਂ ਕੱਢਣ ਵਾਸਤੇ, ਲੇਕਿਨ ਉਸ ਹੌਲਦਾਰ ਹੁਣ ਉਹ ਥਾਣੇਦਾਰ ਬਣ ਗਿਆ ਤੇ ਕੋਟਕਪੂਰੇ ਤਾਇਨਾਤ ਤੇ ਵੀਰ ਇੰਦਰ ਸਿੰਘ ਜਿਹੜਾ ਬਕਾਇਦਾ ਤੌਰ ਤੇ ਸਾਡੇ ਸਪੀਕਰ ਸਾਹਿਬ ਦਾ ਭਰਾ ਵਾ, ਉਹਨਾਂ ਨੇ ਉਹਨੂੰ ਗੰਦੀਆਂ ਗਾਲਾਂ ਕੱਢੀਆਂ ਫੋਨ ਦੇ ਉੱਤੇ, ਉਹਨੇ ਵੀਡੀਓ ਵਾਇਰਲ ਕਰਤੀ। ਦੂਜੇ ਪਾਸੇ ਉਹਦੇ ਉੱਤੇ ਇੱਕ ਪਰਚਾ ਹੋਰ ਦਰਜ ਕਰ ਦਿੱਤਾ ਗਿਆ ਤੇ ਇੱਕ ਪਰਚੇ ਨੂੰ ਕੈਂਸਲ ਕਰਨ ਵਾਸਤੇ 1.5 ਲੱਖ ਰੁਪਇਆ ਮੰਗਿਆ ਸੀ, 1 ਲੱਖ ਲੈ ਲਿਆ ਸੀ ਤੇ ਇਸ ਕਰਕੇ ਇਹ ਤੇ ਪਰਚਾ ਦਰਜ ਕੀਤਾ ਜਾਂਦਾ, ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਹੁਣ ਇਹ ਕਹਿੰਦੇ ਆ ਵੀ ਜਿਹੜਾ ਦੂਜਾ ਮੁੰਡਾ ਵਾ ਅੰਤਰਦੀਪ ਅਨੰਦੀਪ ਸਿੰਘ ਉਹ ਗੈਂਗਸਟਰ, ਉਹ ਜਿਹਦਾ ਆਉਂਦਾ ਵੀ ਉਹ ਰਣਜੀਤ ਸਿੰਘ ਦੁਪਲਾ ਇੱਕ ਗੈਂਗਸਟਰ ਸੀਗਾ, ਉਹਦਾ ਸਾਥੀ ਕਿਸੇ ਵੇਲੇ ਰਿਹਾ ਸੀਗਾ, ਉਹ ਕਹਿੰਦਾ ਮੈਂ ਗੈਂਗਸਟਰ ਹੈ ਹੀ ਨਹੀਂ, ਮੈਂ ਆਰਾਮ ਨਾਲ ਆਪਣੇ ਘਰ ਬੈਠਾ, ਮੈਂ ਕਿਤੇ ਭਗੌੜਾ ਹੋਇਆ।
ਮੈਨੂੰ ਤਾਂ ਝੂਠੇ ਕਿਉਂ ਬਚਾਇਆ ਤੇ ਮੈਂ ਉਹਦੀ ਗੱਲ ਕਰ ਰਿਹਾ। ਔਰ ਆਨਲਾਈਨ ਉਸ ਹੌਲਦਾਰ ਨੇ ਪੈਸੇ ਲਾਏ ਉਹਦੇ ਕੋਲ ਆਨਲਾਈਨ। ਹੁਣ ਇਹ ਗੈਂਗਸ ਕਹਿ ਕੇ ਉਹ ਕਹਿੰਦਾ ਕਿਹਾ ਵੀ ਕੁਮਰ ਵਿਜੇ ਤਰ੍ਹਾਂ ਦੱਸੋ ਵੀ ਸਾਨੂੰ ਕੀ ਕਰਨਾ ਚਾਹੀਦਾ। ਤੇ ਕੁਮਰ ਕਹਿੰਦਾ ਵੀ ਬੁਲਾਓ ਡੀ ਜੀ ਪੀ ਆਪਣੇ ਨੂੰ, ਪੁੱਛੋ ਉਹਨੂੰ, ਦੇਵੇ ਜਵਾਬ ਹੈ ਤਾਂ ਵੀ ਕੀ ਕੀਤਾ ਹੁਣ ਤੱਕ ਦੀ ਗਾਂਹ ਕੀ ਕਰਨਾ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਫਿਰ ਸਭ ਕੁਛ ਦੇੜ ਕੇ ਰੱਖਤਾ ਉੱਥੇ, ਆਪਣੇ ਹਲਕੇ ਦੀਆਂ ਵੀ ਗੱਲਾਂ ਕੀਤੀਆਂ, ਆਪਣੀਆਂ ਵੀ ਗੱਲਾਂ ਕੀਤੀਆਂ, ਕਿ ਸਰਕਾਰ ਦੀ ਪੂਰੀ ਭੰਡੀ ਰੱਜ ਕੇ ਕੀਤੀ ਉਹਨੇ ਕੁਮਰ ਜਿੱਦਾਂ ਕਰਦਾ ਹੁੰਦਾ। ਇਹ ਸੰਕੇਤ ਦਿੰਦਾ ਸੀ ਵੀ ਜਿਹੜੀ ਲੋਬੀ ਪਹਿਲਾਂ ਚੱਲ ਰਹੀ ਹੈ 28 MLA ਲੈ ਕੇ ਸੰਧਵਾ ਸਾਹਿਬ ਗਏ ਦੇ ਦਿੱਲੀ ਦੇ ਕੇਜਰੀਵਾਲ ਕੋਲੇ ਵੀ ਭਾਈ ਸਭ ਅੱਛਾ ਨਹੀਂ ਚੱਲ ਰਿਹਾ, ਉਹ ਫਿਰ ਇੱਕ ਵਾਰੀ ਉਬਾਲਾ ਫਾਰੀ ਹੋਣਾ ਵਾਲਾ। ਕੱਲ ਉਹਨੇ ਬਾਲਾ ਖਾਧਾ, ਅੱਜ ਵੀ ਬਾਲਾ ਖਾਧਾ, ਮੁੱਖ ਮੰਤਰੀ ਸਾਹਿਬ ਨੇ ਗੁੱਸਾ ਫਿਰ ਵਿਰੋਧੀਆਂ ਨੇ ਕੱਢ ਦਿੱਤਾ ਵੀ ਤੁਸੀਂ ਕੀਤਾ ਕਿ ਹੁਣ ਤੱਕ ਨਜਾਇਜ਼ ਕਲੋਨੀਆਂ ਤੁਸੀਂ ਬਣਾਈਆਂ, ਗਲਤ ਕੰਮ ਤੁਸੀਂ ਕੀਤੇ, ਲੋਕਾਂ ਨੂੰ ਲੁੱਟਿਆ ਤੁਸੀਂ, ਪੁੱਟਿਆ ਤੁਸੀਂ, ਤੁਹਾਨੂੰ ਹੁਣ ਸੱਤਾ ਨਹੀਂ ਮਿਲਦੀ, ਪਜਾਮੀਆਂ ਪਈਆਂ ਧੜੀਆਂ ਹੋਈ ਰਹਿ ਜਾਣੀਆਂ। ਭੱਟੀ ਸਾਹਿਬ ਆਪਾਂ ਪਹਿਲਾਂ ਵੀ ਗੱਲ ਕਰਕੇ ਉੱਥੇ ਹੁਣ ਪੱਤਰਕਾਰ ਸਵਾਲ ਪੁੱਛ, ਨਜਾਇਜ਼ ਕਲੋਨੀਆਂ ਨੂੰ ਤੁਸੀਂ ਜਾਇਜ਼ ਕਿਵੇਂ ਕਰ ਦਿੱਤਾ, ਫਿਰ ਪਾਏ ਫਾਈਨ ਉਹਨਾਂ ਤੇ, ਠੋਕੇ ਠੋਕੇ ਜੁਰਮਾਨੇ, ਤੁਸੀਂ ਤੁਸੀਂ ਤੇ ਫਿਰ ਉਹਨਾਂ ਅੱਗੇ ਆ ਗਏ ਨਾ, ਉਹਨਾਂ ਦੇ ਪੈਰ ਚ ਪੈਰ ਰੱਖ ਲਿਆ ਤੁਸੀਂ, ਜੁੱਤੀ ਤੋਂ ਹੀ ਪਾ ਲਈ। ਮੈਂ ਤਾਂ ਪਹਿਲਾਂ ਇਹ ਲੱਖਾਂ ਨੀ ਕਰੋੜਾਂ ਨੀ ਅਰਬਾਂ ਰੁਪਏ ਆ ਸਕਦਾ ਸੀ ਜੇ ਕਿਤੇ ਤਰੀਕੇ ਨਾਲ ਇਹ ਸਿਸਟਮ ਚੱਲਦੇ ਤੇ। ਜੀ ਇੱਕ ਕਾਲਰ ਨੇ ਪਲਾਟ ਸ਼ੁਰੂ ਤੁਸੀਂ ਲੀਗਲਾਈਜ਼ ਕਰਤਾ, ਤੁਹਾਨੂੰ ਕੋਈ ਐਨਓਸੀ ਦੀ ਲੋੜ ਨਹੀਂ ਹੋਣੀ। ਜੀ ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ ਬਾਈ ਜੀ, ਪ੍ਰੋਗਰਾਮ ਸੁਣਨਾ ਤੇ ਉਹਦੇ ਵਾਸਤੇ ਨੰਬਰ ਹੈਗਾ 6473671320। ਕਾਲਰ ਵੈਲਕਮ, ਚਲੋ 3804। ਚਲੋ ਜੀ ਪਟਸ਼ਾ, ਸੋਰੀ ਮੈਨੂੰ ਲੱਗਦਾ ਕੋਈ ਉਹਨਾਂ ਕੋਲ ਡਾਇਲ ਹੋ ਗਿਆ ਹੋਣਾ ਜਾਂ ਫਿਰ ਉਹ ਬਿਜ਼ੀ ਹੋ ਗਏ ਹੋਣੇ ਆ। ਤੁਹਾਡਾ ਧੰਨਵਾਦ ਹੈ, ਕੋਈ ਗੱਲ ਰਹਿ ਗਈ ਹੋਵੇ ਤਾਂ ਪੂਰੀ ਕਰ ਲਓ ਤੁਸੀਂ। ਸੋ ਨਾਈਸ, ਕੱਲ ਸੇਮ ਟਾਈਮ ਤੇ ਮਿਲਦੇ ਆ ਜੀ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।